ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਸੁਰਠ ਮਹੱਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦਿਹੋ ਦਿਖਾਈ। ਸੁਣ ਮੀਤਾ ਧੂਰੀ ਕੋ ਬਲ ਜਾਈ ਇਹ ਮਨ ਤੇਰਾ ਭਾਈ ਰਹਾਉ ਪਾਵ ਮਲੋਵਾਂ ਮਲ ਮਲ ਧੋਵਾਂ ਇਹ ਮਨ ਤੈ ਕੋ ਦੇਸਾ। ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ ਪ੍ਰਭ ਮਿਲੋ ਦਿਹੋ ਉਪਦੇਸ਼ਾ। ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ ਪ੍ਰਭ ਮਿਲੋ ਦਿਹੋ ਉਪਦੇਸਾ। ਮਾਨ ਨਾ ਕੀਜੈ ਸ਼ਰਨ ਭਰੀਜੈ ਕਰੈ ਸੋ ਭਲਾ ਮਨਾਈਐ। ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਇਉ ਦਰਸ਼ਨ ਹਰ ਜਿਉ ਪਾਈਐ ਭਇਓ ਅਨੁਗ੍ਰੋ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡੀਠਾ। ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡੀਠਾ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਇਹਨਾਂ ਦੀ ਮੁਬਾਰਕ ਨਿੱਘੀ ਗੋਦ ਦੇ ਅੰਦਰ ਜੁੜ ਬੈਠ ਕੇ ਗੁਰੂ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਆਪ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਮਨਾ ਰਹੇ ਹੋ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਤਰਸ ਕੀਤਾ, ਰਹਿਮਤ ਕੀਤੀ, ਬਖਸ਼ਿਸ਼ ਕੀਤੀ। ਆਪ ਜੀ ਨੇ ਸੰਗਤੀ ਰੂਪ ਦੇ ਵਿੱਚ ਸੁਖਮਨੀ ਸਾਹਿਬ ਜੀ ਬਾਣੀ ਦੇ ਜਾਪ ਕੀਤੇ, ਚੌਪਈ ਸਾਹਿਬ ਜੀ ਦੇ ਜਾਪ ਹੋਏ। ਆਓ ਸਮੇਂ ਦੇ ਵਿੱਚ ਰਹਿ ਕੇ ਹੁਕਮ ਹੋਇਆ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਨ ਦਾ। ਅਤੇ ਮੈਂ ਸੰਖੇਪ ਦੇ ਵਿੱਚ ਜੋ ਕਿਉਂਕਿ ਤੀਸਰਾ ਘੱਲੂਕਾਰਾ ਜਿਹਨੂੰ ਆਪਾਂ ਅਣਚਿਤਵਿਆ ਕਹਿਰ ਕਹਿੰਦੇ ਹਾਂ, ਜਿਹਦੇ ਵਿੱਚ ਕੋਈ ਗਿਣਤੀ ਨਹੀਂ, ਅੱਜ ਤੱਕ ਕੋਈ ਗਿਣਤੀ ਨਹੀਂ ਕਿੰਨਿਆਂ ਨੇ ਸ਼ਹਾਦਤ ਦਾ ਜਾਮ ਪੀਤਾ। ਹੁਕਮ ਹੋਇਆ ਸੰਖੇਪ ਦੇ ਵਿੱਚ ਉਸ ਤੀਸਰੇ ਘੱਲੂਕਾਰੇ ਦੇ ਇਤਿਹਾਸ 'ਤੇ ਵਿਚਾਰ ਕਰਨੀ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ। ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸੋਰਠ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਆਪ ਜੀ ਨੇ ਸਰਵਣ ਕੀਤਾ। ਜਦੋਂ
ਇਸ ਪਾਵਨ ਪਵਿੱਤਰ ਸ਼ਬਦ ਦੀ ਉਥਾਨਕਾ ਭਾਵ ਉਚਾਰਨ ਦਾ ਸਥਾਨ ਕਾਰਨ ਅਸੀਂ ਪੜ੍ਹਦੇ ਹਾਂ ਇਤਿਹਾਸਿਕ ਸਰੋਤਾਂ ਦੇ ਵਿੱਚੋਂ ਅਤੇ ਕੁਝ ਇਤਿਹਾਸਕਾਰਾਂ ਨੇ ਇਸ ਸ਼ਬਦ ਦੇ ਬਾਰੇ ਇਹ ਵਿਚਾਰ ਪ੍ਰਗਟ ਕੀਤੇ ਕਿ ਇਹ ਪਾਵਨ ਪਵਿੱਤਰ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਉਦੋਂ ਉਚਾਰਨ ਕਰਦੇ ਆ ਜਦੋਂ ਬਾਬਾ ਮਹਾਂਦੇਵ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਕੇ ਇੱਕ ਬੇਨਤੀ ਕਰਦੇ ਆ, ਮਹਾਰਾਜ ਅਸੀਂ ਇੱਕ ਪੁੱਤਰ ਇੱਕ ਪਿਤਾ ਦੇ ਪੁੱਤਰ ਹਾਂ ਅਤੇ ਕਿਰਪਾ ਕਰੋ ਕੋਈ ਐਸਾ ਉਪਦੇਸ਼ ਬਖਸ਼ਿਸ਼ ਕਰੋ ਜਿਸ ਉਪਦੇਸ਼ ਦੇ ਨਾਲ ਮੈਂ ਪਰਮਾਤਮਾ ਦੇ ਦੀਦਾਰ ਕਰ ਸਕਾਂ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਉਹ ਤਰੀਕਾ ਦੱਸਿਆ ਜਿਹਦੇ ਨਾਲ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ। ਇਹ ਮੈਂ ਸਵੇਰੇ ਵੀ ਬੇਨਤੀ ਕੀਤੀ, ਸਤਸੰਗਤ ਸਾਡੇ ਇੱਥੇ ਆਉਣ ਦਾ, ਇੱਥੇ ਨਹੀਂ ਸੰਸਾਰ 'ਚ ਆਉਣ ਦਾ ਇੱਕ ਮਕਸਦ ਆ ਕਿ ਪਰਮਾਤਮਾ ਦੀ ਪ੍ਰਾਪਤੀ ਜਿਹਨੂੰ ਆਪਾਂ ਰੋਜ਼ ਸੋਹ ਦਰ ਰਹਿ ਰਾਜ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਪਈ ਪ੍ਰਾਪਤ ਗੋਬਿੰਦ ਮਿਲਣ ਕੀ। ਇਹ ਗੋਬਿੰਦ ਦਾ ਮਿਲਣਾ ਸਮਾਂ ਹੈ ਨਾ, ਇਹ ਜਿਹੜਾ ਮਨੁੱਖਾ ਦੇਹੀ ਮਿਲੀ ਆ, ਇਸ ਮਨੁੱਖਾ ਦੇਹੀ ਦੇ ਵਿੱਚ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕੀਏ, ਕਿਉਂਕਿ ਜਪ ਤਪ ਸੰਜਮ ਧਰਮ ਕਰਮ ਨਾ ਕਮਾਇਆ, ਉਹ ਆਪਾਂ ਕੁਝ ਵੀ ਨਹੀਂ ਕੀਤਾ ਅਤੇ ਪਰਮਾਤਮਾ ਕਿੱਦਾਂ ਪ੍ਰਾਪਤ ਕਰਨਾ। ਹੁਣ ਮੇਨ ਮਕਸਦ ਸਾਡਾ ਕੀ ਆ, ਇੱਥੇ ਆਉਣ ਦਾ, ਸੰਸਾਰ 'ਚ ਆਉਣ ਦਾ, ਪਰਮਾਤਮਾ ਦੀ ਪ੍ਰਾਪਤੀ। ਅਤੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਵੀ ਇਹੀ ਕੀਤੀ, ਸਾਨੂੰ ਪਰਮਾਤਮਾ ਪ੍ਰਾਪਤ ਕਿੱਦਾਂ ਹੋਵੇ ਇਹ ਤਰੀਕਾ ਦੱਸ ਦਿੱਤਾ। ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ, ਅਸੀਂ ਇੱਕ ਪਰਮਾਤਮਾ ਦੇ ਪੁੱਤਰ, ਸੋਰੀ ਏਕ ਪਿਤਾ ਏਕ ਏ ਹਮ ਬਾਰਕ, ਸਾਡਾ ਸਾਰਿਆਂ ਦਾ ਪਿਤਾ ਕੌਣ ਆ ਜੀ, ਪਰਮਾਤਮਾ। ਉਹ ਇੱਕ ਪਰਮਾਤਮਾ ਸਾਡਾ ਸਾਰਿਆਂ ਦਾ ਪਿਤਾ, ਅਸੀਂ ਸਾਰੇ ਉਹਦੇ ਬੱਚੇ ਹਾਂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਹੈ ਪਰਮਾਤਮਾ ਜੀ ਤੂੰ ਹੀ ਮੇਰਾ ਪਿਤਾ ਏ, ਤੂੰ ਹੀ ਮੇਰਾ ਮਾਂ ਵਾ, ਤੂੰ ਹੀ ਮੇਰਾ ਭਰਾ ਵਾ, ਬੰਧਪ ਸਾਰਾ ਕੁਛ, ਰਿਸ਼ਤੇਦਾਰ ਸਾਰਾ ਕੁਝ ਤੇ ਤੂੰ ਹੀ ਆ। ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆ, ਉਸ ਇੱਕ ਪਰਮਾਤਮਾ ਨੇ ਕਿਰਪਾ ਕੀਤੀ, ਅਸੀਂ ਸਾਰੇ ਉਹਦੀ ਅੰਸ਼ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਵੇਖ ਤੇਰਾ ਪਿਤਾ ਕੌਣ ਆ। ਮੇਰੇ ਵਰਗਾ ਬੱਚਾ ਕੋਈ ਹੋਵੇ ਨਾ, ਉਹ ਗਲਤ ਸੰਗਤ ਦੇ ਵਿੱਚ ਪੈ ਜਾਵੇ, ਪਰ ਜਿਹੜਾ ਪਰਿਵਾਰ ਹੋਵੇ ਉਹ ਪਰਿਵਾਰ ਬੜਾ ਧਰਮੀ ਹੋਵੇ, ਦਾਦਾ ਪੜਦਾਦਾ ਉਹ ਹੁਣ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਆਪਣੀ ਜ਼ਿੰਦਗੀ ਲੇਖੇ ਲਾਈ ਹੋਵੇ, ਪਰ ਅੱਗੇ ਬੱਚਾ ਕੋਈ ਗਲਤ ਸੰਗਤ ਦੇ ਵਿੱਚ ਪੈ ਜੇ ਤੇ ਪਿੰਡ ਦਾ ਸਿਆਣਾ ਬਜ਼ੁਰਗ ਪਤਾ ਕੀ ਕਹਿੰਦਾ, ਭਲਿਆ ਆਪਣੇ ਪਰਿਵਾਰ ਦਾ ਪਿਛੋਕੜ ਵੇਖ, ਆ ਕੰਮ ਜਿਹੜੇ ਤੂੰ ਕਰਦਾ ਨਾ ਇਹ ਚੰਗੇ ਨਹੀਂ ਨਾ ਲੱਗਦੇ, ਆਪਣਾ ਪਿਛੋਕੜ ਵੇਖ, ਤੇਰਾ ਦਾਦਾ ਕੌਣ ਸੀ, ਉਹ ਤੇ ਗੁਰਦੁਆਰਿਆਂ ਦੀ ਸੇਵਾ ਦੇ ਵਾਸਤੇ ਕੁਰਬਾਨ ਹੋ ਗਿਆ, ਉਹ ਸੇਵਾ ਕਰਦਿਆਂ ਉਹਨੇ ਆਪਣੇ ਪ੍ਰਾਣ ਤਿਆਗੇ ਤੇ ਤੂੰ ਗਲਤ ਸੰਗਤ 'ਚ ਪਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਵੀ ਇੱਦਾਂ ਹੀ ਸਮਝਾਉਂਦੇ ਆ, ਮਨਾ ਕਿਹੜੇ ਪਾਸੇ ਲੱਗਾ, ਮਨ ਖੋਟਾ ਤੇ ਕਰਮ ਚੋਰਾਂ ਵਾਲੇ ਕਰਦਾ ਪਿਆ, ਵੇਖ ਤੂੰ ਅੰਸ਼ ਕਿਹਦੀ ਆ, ਤੂੰ ਹੈ ਕਿਹਦੀ ਅੰਸ਼ ਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਦੀ ਪਛਾਣ ਕਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਏਕ ਪਿਤਾ ਇੱਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ ਸੁਣ ਮੀਤਾ, ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦਿਓ
ਦਿਖਾਈ। ਇਹ ਗੁਰੂ ਜੀ, ਮੇਰਾ ਮਨ ਬਾਰ ਬਾਰ ਚਾਹੁੰਦਾ ਕਿ ਮੈਨੂੰ ਦਰਸ਼ਨ ਵਿਖਾ ਦਿਓ, ਮੈਨੂੰ ਦਰਸ਼ਨ ਕਰਾ ਦਿਓ, ਮੈਨੂੰ ਦਰਸ਼ਨ ਕਰਾਓ, ਮੈਂ ਪਰਮਾਤਮਾ ਨੂੰ ਮਿਲ ਸਕਾਂ, ਮੈਂ ਪਰਮਾਤਮਾ ਦੇ ਦੀਦਾਰ ਕਰ ਸਕਾਂ, ਮੈਂ ਆਪਣੇ ਮੂਲ ਦੀ ਦੀਦਾਰ ਕਰਾਂ, ਮੇਰਾ ਮੂਲ ਕਿੱਦਾਂ ਦਾ, ਮੈਂ ਉਹਦੇ ਵਿੱਚ ਉਹ ਭੇਦ ਹੋ ਸਕਾਂ। ਅਤੇ ਰਹਾਓ ਵਾਲੇ ਬੰਦ 'ਚ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਇਹ ਮਨ ਤੇਰਾ ਭਾਈ, ਇਹ ਗੁਰੂ ਜੀ ਇਹ ਜਿਹੜਾ ਮਨ ਆ ਨਾ, ਇਹ ਤੇਰਾ ਹੀ ਭਰਾ ਵਾ, ਕਿਉਂਕਿ ਅੰਸ਼ ਤੇ ਹੈ ਉਹਦੀ ਆ ਨਾ ਗੁਰੂ ਜੀ, ਹੈ ਤੇ ਅਸੀਂ ਸਾਰੇ ਉਸੇ ਗੁਰੂ ਉਸੇ ਪਰਮਾਤਮਾ ਦੀ ਅੰਸ਼ ਆ। ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ ਰਹਾਓ। ਪਾਤਸ਼ਾਹ ਜੀ ਕਹਿੰਦੇ ਆ, ਜਿਹੜਾ ਮੈਨੂੰ ਗੁਰੂ ਦੇ ਦਰਸ਼ਨ ਕਰਾ ਦੇ ਨਾ, ਜਿਹੜਾ ਮੈਨੂੰ ਗੁਰੂ ਦੇ ਦਰਸ਼ਨ ਕਰਾ ਦੇ, ਅਤੇ ਮੈਂ ਕੀ ਕਰਾਂ ਜੀ, ਭਾਵ ਮਲੋਵਾਂ ਮਲ ਮਲ ਧੋਵਾਂ। ਜਿਹੜਾ ਗੁਰੂ ਦੇ ਦੀਦਾਰ ਕਰਾਵੇ, ਮੈਂ ਉਹਦੇ ਚਰਨਾਂ ਨੂੰ ਮਲ ਮਲ ਕੇ ਧੋਵਾਂ, ਮੈਂ ਉਹਦੇ ਚਰਨਾਂ ਨੂੰ ਘੁੱਟਾਂ, ਮੈਂ ਸੇਵਾ ਕਰਾਂ। ਜਿਹੜਾ ਮੇਰੇ ਗੁਰੂ ਦੇ ਦੀਦਾਰ ਕਰਾ ਦੇ, ਜਿਹੜਾ ਮੈਨੂੰ ਗੁਰੂ ਦੀ ਸਿੱਖਿਆ ਦੱਸੇ ਨਾ, ਗੁਰੂ ਦੇ ਰਸਤੇ 'ਤੇ ਪਾ ਦੇ, ਉਹ ਗੁਰੂ ਦੇ ਰਸਤੇ 'ਤੇ ਪਾਉਣ ਵਾਲਾ ਉਹ ਗੁਰਸਿੱਖ, ਉਹ ਗੁਰੂ ਦੇ ਮੈਂ ਚਰਨਾਂ ਨੂੰ ਮਲ ਮਲ ਕੇ ਧੋਵਾਂ, ਭਾਵ ਮਲੋਵਾਂ ਮਲ ਮਲ ਧੋਵਾਂ, ਇਹ ਮਨ ਤੈਂ ਕੋ ਦੇਸਾਂ। ਸੁਣ ਮੀਤਾ ਹੋਂ ਤੇਰੀ ਸ਼ਰਨਾਈ ਆਇਆ। ਇਹ ਗੁਰੂ ਜੀ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ, ਅਸੀਂ ਤੇਰੀ ਸ਼ਰਨ ਦੇ ਵਿੱਚ ਆਏ ਹਾਂ। ਸੁਣ ਮੀਤਾ ਹੋਂ ਤੇਰੀ ਸ਼ਰਨਾਈ ਆਇਆ, ਪ੍ਰਭ ਮਿਲੋ ਦੇਹੋ ਉਪਦੇਸਾ। ਸਤ ਸੰਗਤ ਕਿਰਪਾ ਕਰਿਓ, ਸ਼ਬਦ ਸਾਰਿਆਂ ਨੂੰ ਯਾਦ ਆ, ਸੌਖਾ ਜਿਹਾ ਸ਼ਬਦ ਆਪਾਂ ਹੁਕਮਨਾਮੇ ਦੇ ਰੂਪ 'ਚ ਬੜੀ ਵਾਰੀ ਇਹ ਸ਼ਬਦ ਆਪਾਂ ਸਰਵਣ ਕੀਤਾ। ਪਾਤਸ਼ਾਹ ਜੀ ਕਹਿੰਦੇ ਆ, ਸੁਣ ਮੀਤਾ ਹੋਂ ਤੇਰੀ ਸ਼ਰਨਾਈ ਆਇਆ, ਪ੍ਰਭ ਮਿਲੋ ਦੇਹੋ ਉਪਦੇਸ਼ਾ। ਉਪਦੇਸ਼ ਦੇ, ਜਿਸ ਉਪਦੇਸ਼ ਦੇ ਨਾਲ ਮੈਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਾਂ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇੱਕ ਤਰਸ ਕਰਦੇ ਆ। ਸਤਸੰਗਤ, ਤਿੰਨ ਤਰੀਕੇ ਦੱਸੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਪਰਮਾਤਮਾ ਨੂੰ ਮਿਲਣ ਦੇ, ਤਿੰਨ ਤਰੀਕੇ। ਕਹਿੰਦੇ ਜਿਹੜੇ ਜੀਵਨ ਦੇ ਵਿੱਚ ਆ ਤਿੰਨ ਤਰੀਕੇ ਆ ਗਏ ਨਾ, ਉਹ ਪਰਮਾਤਮਾ ਦੇ ਨਾਲ ਉਹ ਭੇਦ ਹੋ ਜਾਏਗਾ, ਉਹਦਾ ਜਿਹੜਾ ਜੀਵਨ ਆ ਨਾ ਉਹ ਗੁਰੂ ਦੇ ਲੇਖੇ ਲੱਗ ਜਾਏਗਾ। ਹੁਣ ਤਰੀਕਾ ਕਿਹੜਾ ਜੀ? ਹੁਣ ਪਹਿਲਾ ਤਰੀਕਾ, ਪਹਿਲਾ ਉਪਦੇਸ਼ ਗੁਰੂ ਜੀ ਸਾਡੇ 'ਤੇ ਤਰਸ ਕਰਕੇ ਅਤੇ ਪਹਿਲਾ ਉਪਦੇਸ਼ ਦਿੱਤਾ, ਕਹਿੰਦੇ ਮਾਣ ਨਾ ਕੀਜੈ। ਪਹਿਲਾ ਕੰਮ ਕੀ ਕਰ? ਮਾਣ। ਮਾਣ ਕੀ ਹੁੰਦਾ ਜੀ? ਹੰਕਾਰ। ਹੰਕਾਰ ਹੁੰਦਾ ਨਾ, ਹੰਕਾਰ ਹੋਮੇ, ਹੋਮੇ ਆ ਨਾ ਅੰਦਰ, ਹੋਂ ਮੈਂ, ਦੋਵਾਂ ਸ਼ਬਦਾਂ ਦਾ ਸੁਮੇਲ ਆ ਜੀ, ਹੋਂ ਮੈਂ ਹਾਂ। ਜਿੱਥੇ ਮੈਂ ਹੈ ਨਾ, ਕਿ ਮੈਂ ਹੈਗਾ, ਉੱਥੇ ਪਰਮਾਤਮਾ ਨਹੀਂ ਹੈਗਾ। ਜਿੱਥੇ ਇਹ ਆ ਗਿਆ ਕਿ ਮੈਂ ਕਰਨ ਵਾਲਾ, ਮੈਂ ਕਰਾਇਆ, ਮੈਂ ਕਰ ਰਿਹਾ, ਉੱਥੇ ਪਰਮਾਤਮਾ ਆ ਹੀ ਨਹੀਂ ਸਕਦਾ। ਮੈਂ ਅਕਸਰ ਬੇਨਤੀ ਕਰਦਾ ਸਾਧ ਸੰਗਤ, ਜਦੋਂ ਗੁਰੂ ਘਰ ਆਉਂਦੇ ਹੋ ਨਾ, ਜਿੰਨੇ ਵੀ ਆ, ਕਿੰਨੀ ਗਰਮੀ ਆ, ਭਾਵੇਂ ਗੁਰੂ ਘਰ ਦੇ ਵਿੱਚ ਏਸੀ ਵੀ ਚੱਲਦੇ ਪਏ ਆ, ਗਰਮੀ ਆ, ਬਾਹਰ ਨਿਕਲਣ ਲੱਗਿਆਂ ਦਿਲ ਨਹੀਂ ਕਰਦਾ, ਬੜੀ ਗਰਮੀ ਆ। ਕਈ ਅਜੇ ਬੈਠੇ ਹੋਣੇ ਘਰਾਂ ਦੇ ਵਿੱਚ ਏਸੀ ਚਲਾ ਕੇ, ਕੰਨਾਂ 'ਚ ਆਵਾਜ਼ ਪੈ ਰਹੀ ਆ, ਪਤਾ ਏ
ਗੁਰੂ ਘਰ ਦੇ ਵਿੱਚ ਸਮਾਗਮ ਹੋ ਰਿਹਾ, ਸੰਗਤ ਜੁੜ ਬੈਠੀ ਆ, ਪਰ ਕਈ ਮੇਰੇ ਵਰਗੇ ਅਜੇ ਵੀ ਏਸੀ ਚਲਾ ਕੇ ਬੈਠੇ ਆ। ਬਾਹਰ ਕਿੱਥੇ ਜਾਣਾ, ਛੱਡ ਪਰਾ ਮਨਾ, ਗਰਮੀ ਬੜੀ ਆ, ਕਿੱਥੇ ਜਾਵਾਂਗੇ ਗੁਰੂ ਘਰ? ਮਨ ਨਹੀਂ ਨਾ ਕਰਦਾ, ਮਨ ਨਹੀਂ ਕਰਦਾ। ਅਤੇ ਜੇ ਆਪਾਂ ਆਏ ਹਾਂ ਨਾ ਇੰਨੀ ਗਰਮੀ 'ਚ, ਆਪਾਂ ਵੱਡੀ ਗਿਣਤੀ 'ਚ ਸੰਗਤ ਜੁੜ ਬੈਠੀ ਆ, ਅਤੇ ਅਰਦਾਸ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਜ਼ਰੂਰ ਕਰਕੇ ਜਾਇਆ ਕਰੋ, ਜ਼ਰੂਰ। ਦਿਨ 'ਚ ਜਿੰਨੀ ਵਾਰੀ ਵੀ ਬਾਣੀ ਪੜ੍ਹਦੇ ਹੋ ਨਾ, ਅਰਦਾਸ ਜ਼ਰੂਰ ਕਰਿਆ ਕਰੋ। ਅਤੇ ਅਰਦਾਸ ਕਰਦਿਆਂ ਗੁਰੂ ਦੇ ਅੱਗੇ ਇੱਕ ਤਰਲਾ ਲਿਆ ਕਰੋ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤੇਰੀ ਰਹਿਮਤ ਆ, ਤੇਰੀ ਬਖਸ਼ਿਸ਼ ਆ। ਨਹੀਂ ਤਾਂ ਕਿੰਨੇ ਵੱਸਦੇ ਨੇ ਸਿੱਖਾਂ ਦੀ, ਇੰਨੀ ਕੁ ਆਬਾਦੀ ਥੋੜ੍ਹਾ ਸ਼ਹਿਰ 'ਚ, ਜਾਂ ਇਹ ਥੋੜ੍ਹਾ ਵੀ ਇੰਨੇ ਕੁ ਸਿੱਖਾਂ ਨੂੰ ਮੈਸੇਜ ਪਹੁੰਚਦਾ ਕਿ ਇੰਨੇ ਕੁ ਸਿੱਖਾਂ ਤੱਕ ਮੈਸੇਜ ਪਹੁੰਚਿਆ ਵੀ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਆ। ਮੈਂ ਅਕਸਰ ਇੱਕ ਬੇਨਤੀ ਕਰਦਾ ਜਦੋਂ ਇੱਥੇ ਆਉਂਦੇ ਨਾ, ਮਨ ਇੱਕ ਬੜਾ ਖੁਸ਼ ਹੁੰਦਾ ਇੱਕ ਗੱਲ ਤੋਂ, ਮਨ ਬੜਾ ਖੁਸ਼ ਹੁੰਦਾ। ਤੁਸੀਂ ਕਿਤੇ ਚਲੇ ਜਾਓ ਪੰਜਾਬ ਦੇ ਵਿੱਚ, ਬਹੁਤਾਤ ਗਿਣਤੀ ਦੇ ਵਿੱਚ, ਥੋੜ੍ਹੇ ਦਿਨ ਪਹਿਲਾਂ ਇੱਕ ਮੈਨੂੰ ਫੋਨ ਵੀ ਆਇਆ ਵੀ ਭਾਈ ਸਾਹਿਬ ਜੀ ਕਥਾ 'ਚ ਜ਼ਰੂਰ ਇੱਕ ਬੇਨਤੀ ਕਰਿਆ ਕਰੋ ਵੀ ਸੁਖਮਨੀ ਸਾਹਿਬ ਦੇ ਪਾਠ ਅਕਸਰ ਗੁਰਦੁਆਰਿਆਂ 'ਚ ਬੀਬੀਆਂ ਕਰਦੀਆਂ। ਪੰਜਾਬ ਦੇ ਕਿਸੇ ਪਿੰਡ ਸ਼ਹਿਰ ਖੰਨੇ ਤੋਂ ਫੋਨ ਆਇਆ, ਉਹ ਭੈਣ ਕਹਿੰਦੀ ਆ ਕਿ ਇੱਥੇ ਵੀ ਜਿਹੜੇ ਆ ਨਾ ਬੀਬੀਆਂ ਹੀ ਤਾਬਿਆਂ 'ਚ ਬੈਠਦੀਆਂ, ਬੀਬੀਆਂ ਸੁਖਮਨੀ ਸਾਹਿਬ ਦਾ ਪਾਠ, ਵੀਰ ਕੋਈ ਨਹੀਂ ਆਉਂਦਾ, ਕੋਈ ਵੀਰ ਨਹੀਂ ਆਉਂਦਾ। ਅਤੇ ਮਨ ਬੜਾ ਖੁਸ਼ ਹੁੰਦਾ ਕਿ ਜਦੋਂ ਇੱਥੇ ਆਪਾਂ ਆਉਂਦੇ ਹਾਂ ਜਿੱਥੇ ਭੈਣਾਂ ਆਉਂਦੀਆਂ, ਉੱਥੇ ਭਾਵੇਂ ਵੀਰ ਓਡਨੀ ਵੱਡੀ ਗਿਣਤੀ 'ਚ ਨਹੀਂ, ਪਰ ਫਿਰ ਵੀ ਆਉਂਦੇ ਨੇ, ਵੱਡੀ ਗਿਣਤੀ 'ਚ ਆਉਂਦੇ ਆ, ਭੈਣਾਂ ਦੀ ਗਿਣਤੀ ਜ਼ਿਆਦਾ। ਅਤੇ ਮੈਂ ਅਕਸਰ ਕਹਿੰਦਾ ਹੁੰਦਾ ਗੁਰੂ ਅਰਜਨ ਦੇਵ ਮਹਾਰਾਜ ਇਕੱਲੇ ਭੈਣਾਂ ਵਾਸਤੇ ਥੋੜ੍ਹਾ ਸ਼ਹੀਦ ਹੋਏ ਆ। ਆਪਾਂ ਵੇਖਦੇ ਬੀਬੀ ਕਿਸੇ ਪਿੰਡ 'ਚ ਚਲੋ ਜੋ ਬੀਬੀਆਂ ਹੀ ਪਾਠ ਕਰ ਰਹੀਆਂ, ਬੀਬੀਆਂ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ, ਕਰਨਾ ਸਾਰਿਆਂ ਨੂੰ ਚਾਹੀਦਾ ਨਾ। 41 ਦਿਨ, ਜਿੰਨੇ ਦਿਨ ਆਪਾਂ ਕਰਦੇ ਹਾਂ, 31, ਕੋਈ 21 ਦਿਨ ਕਰਦਾ, ਕੋਈ 11 ਦਿਨ ਕਰੇ, ਕੋਈ 31 ਦਿਨ ਕਰੇ, ਕੋਈ 41 ਦਿਨ ਕਰੇ, ਜਿੰਨੇ ਵੀ ਦਿਨ ਆ, ਅਤੇ ਭਰਾਵਾਂ ਨੂੰ ਵੀ ਗੁਰੂ ਘਰ ਦੇ ਵਿੱਚ ਆ ਕੇ ਪਾਠ ਕਰਨਾ ਚਾਹੀਦਾ। ਅਤੇ ਜੇ ਆਪਾਂ ਆਏ ਹਾਂ ਨਾ, ਇੱਕ ਅਰਦਾਸ ਤਰਲਾ ਲੈ ਕੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਕਰਿਆ ਕਰੋ, ਪਾਤਸ਼ਾਹ ਤੂੰ ਅੱਜ ਰਹਿਮਤ ਕੀਤੀ ਆ, ਆ ਤੇਰੀ ਬਖਸ਼ਿਸ਼ ਆ, ਆ ਤੇਰੀ ਰਹਿਮਤ ਆ, ਤੂੰ ਸਾਨੂੰ ਉਦਮ ਬਖਸ਼ਿਆ, ਨਹੀਂ ਤੇ ਮਨ ਇੰਨਾ ਘਟੀਠ ਆ। ਸਤਸੰਗਤ ਇੱਕ ਵਾਰੀ ਉੱਠ ਵੀ ਜਾਓ ਨਾ ਅੰਮ੍ਰਿਤ ਵੇਲੇ, ਉੱਠ ਵੀ ਜਾਓ ਅਤੇ ਮਨ ਫਿਰ ਪਤਾ ਕੀ ਕਹਿੰਦਾ, ਸੌਂ ਜਾ ਅਜੇ 4 ਵਜੇ ਆ, ਬੜਾ ਟਾਈਮ ਆ, ਅੱਜ ਕਿਹੜਾ ਕਿਤੇ ਕੰਮ 'ਤੇ ਜਾਣਾ। ਅਕਸਰ ਐਤਵਾਰ ਇਹੀ ਹੁੰਦਾ ਨਾ, ਅਗਲ ਬਾਕੀ ਜਣਾ 'ਚ ਹੋਊਗਾ ਵੀ ਡਿਊਟੀ 'ਤੇ ਜਾਣਾ, ਕੰਮ 'ਤੇ ਜਾਣਾ, ਅਤੇ ਐਤਵਾਰ ਮਨ ਪਤਾ ਕੀ ਕਹਿੰਦਾ, ਸੌਂ ਜਾ ਕੋਈ ਗੱਲ ਨਹੀਂ, ਸਾਰਾ ਦਿਨ ਕਿਤੇ ਨਹੀਂ ਜਾਣਾ, ਅੱਜ ਨਿਤਨੇਮ ਹੀ ਕਰਨਾ, 7 ਵਜੇ ਉੱਠ ਕੇ ਕਰ ਲਾਂਗਾ, ਅੱਜ ਨੀਂਦ ਪੂਰੀ ਕਰ ਲਈ। ਮਨ ਇੰਨਾ ਢੀਠ, ਅਲਾਰਮ ਵੱਜ ਗਿਆ, ਉੱਠ ਵੀ ਗਿਆ, ਫਿਰ ਵੀ ਮਨ ਕਹਿੰਦਾ ਸੌਂ ਜਾ। ਇਹ ਮਨ ਬੜਾ ਚਲਾਕ ਆ, ਇਹ ਨਹੀਂ ਗੁਰੂ ਦੇ ਨਾਲ ਜੁੜਨ ਦਿੰਦਾ। ਅਤੇ ਅਰਦਾਸ ਕਰਿਆ ਕਰੋ, ਪਾਤਸ਼ਾਹ ਅੱਜ ਸੇਵਾ ਲਈ ਆ, ਕੱਲ੍ਹ ਵੀ ਮੇਰੇ ਕੋਲੋਂ ਲੈ ਲਈ, ਪਰ ਜਿੱਥੇ ਇਹ ਆਉਣ ਲੱਗ ਪਏ ਵੀ ਮੈਂ ਪਾਠ ਕਰਦਾ, ਮੈਂ ਸੰਗਤ ਜੋੜਦਾ, ਮੈਂ ਆਇਆ, ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਨਹੀਂ ਆਉਣਾ ਉੱਥੇ, ਉੱਥੇ ਨਹੀਂ ਪਰਮਾਤਮਾ ਆਉਣਾ। ਕਿਉਂ? ਹੋਮੈ ਨਾਵੈ, ਸਾਰੇ ਪੜਿਓ ਜੀ, ਹੋਮੈ ਨਾਲ ਵਿਰੋਧ ਹੈ, ਦੋਵੇਂ ਨਾ ਵਸੈ ਇੱਕ ਥਾਂ। ਪਾਤਸ਼ਾਹ ਜੀ ਕਹਿੰਦੇ ਦੋਵੇਂ ਇੱਕ ਥਾਂ 'ਤੇ, ਜਿਵੇਂ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ,
ਉਦਾਂ ਇੱਕ ਸਰੀਰ ਦੇ ਵਿੱਚ ਦੋਵੇਂ ਚੀਜ਼ਾਂ ਨਹੀਂ ਆ ਸਕਦੀਆਂ, ਹੋਮੇ ਵੀ ਤੇ ਨਾਮ ਵੀ। ਇੱਕ ਚੀਜ਼ ਆਊਗੀ, ਜਾਂ ਤੇ ਹੋਮੇ ਆ ਗਈ ਜਾਂ ਨਾਮ ਆ ਗਿਆ। ਭਗਤ ਰਵਿਦਾਸ ਜੀ ਮਹਾਰਾਜ ਕਿਰਪਾ ਕਰਦੇ, ਜਬ ਹਮ ਹੋਤੇ ਤਬ ਤੂੰ ਨਹੀਂ, ਜਿੰਨਾ ਚਿਰ ਅੰਦਰ ਮੈਂ ਵਾ ਨਾ ਉਹਨਾਂ ਚਿਰ ਤੂੰ ਹੈ ਨਹੀਂ ਸੀ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਹੁਣ ਮੈਂ ਨਹੀਂ, ਹੁਣ ਤੂੰ ਆ ਗਿਆ ਤੇ ਮੈਂ ਨਹੀਂ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਤੂੰ ਤੂੰ ਕਰਤਾ ਤੂੰ ਵਾ, ਮੁੱਝ ਮੈਂ ਰਹਾ ਨਾ ਹੂੰ, ਮੈਂ ਤੂੰ ਤੂੰ ਕਰਨ ਲੱਗ ਪਿਆ ਤੇ ਮੈਨੂੰ ਪਤਾ ਲੱਗਾ ਮੇਰੇ 'ਚ ਤੇ ਕੁਝ ਵੀ ਨਹੀਂ ਹੈਗਾ, ਮੇਰਾ ਮੁੱਝ ਮੈਂ ਕੁਛ ਨਹੀਂ, ਜੋ ਕੁਛ ਹੈ ਤੇਰਾ ਤੁਝ ਕੋ ਸੌਂਪ ਤੇ। ਕਿਆ ਲੱਗ ਹੈ ਮੇਰਾ, ਮੇਰਾ ਕੀ ਹੈ, ਕੁਛ ਵੀ ਨਹੀਂ ਹੈਗਾ। ਕਹਿੰਦੇ ਆ, ਜਿੱਥੇ ਨਾਮ ਆ ਗਿਆ ਉੱਥੇ ਹੋਮੇ ਨਹੀਂ ਆਉਂਦੀ, ਜਿੱਥੇ ਹੋਮੇ ਆ ਗਈ ਉੱਥੇ ਪਰਮਾਤਮਾ ਨਹੀਂ ਆਉਂਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਪਹਿਲਾ ਹੁਕਮ ਕਰਦੇ ਆ, ਕਦੀ ਹੰਕਾਰ ਨਾ ਕਰੀ, ਕਦੀ ਮਾਣ ਨਾ ਕਰੀ, ਮਾਣ ਨਾ ਕਰੀ, ਹੰਕਾਰ ਨਾ ਕਰੀ। ਅਤੇ ਦੂਸਰਾ ਦੂਸਰਾ ਉਪਦੇਸ਼ ਕੀ ਹੈ ਜੀ, ਸ਼ਰਨ ਪ੍ਰੀਜੈ, ਸ਼ਰਨ ਦੇ ਵਿੱਚ ਪੈ ਜਾ। ਇੱਕ ਹੋਮੇ ਛੱਡਦੇ, ਹੰਕਾਰ ਛੱਡ ਕੇ ਗੁਰੂ ਦੀ ਸ਼ਰਨ ਚ ਆ। ਗੁਰੂ ਦੀ ਸ਼ਰਨ ਚ ਆਉਣਾ ਸਾਧ ਸੰਗਤ, ਆਪਾਂ ਹੁਣੇ ਚੌਪਈ ਸਾਹਿਬ ਜੀ ਦਾ ਪਾਠ ਕੀਤਾ ਨਾ, ਗੁਰੂ ਅਰਜਨ ਸਾਹਿਬ ਜੀ ਦੀ ਵੀ ਬਾਣੀ ਪੜ੍ਹਦੇ, ਆਪਾਂ ਬਾਰਾਂਮਾਂ ਦਾ ਜਾਪ ਕਰਦੇ ਹਾਂ। ਚੌਪਈ ਸਾਹਿਬ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਦੇ ਆ, ਕਹਿੰਦੇ ਸ਼ਰਨ 'ਚ ਆ ਜਾ। ਅਤੇ ਜਦੋਂ ਸ਼ਰਨ 'ਚ ਆਏ ਨਾ, ਫਿਰ ਹੋਰ ਕੋਈ ਦੁਆਰੇ 'ਤੇ ਨਾ ਜਾਈ, ਹੋਰ ਕਿਸੇ ਦੁਆਰੇ 'ਤੇ ਨਾ ਜਾਈ। ਆਪਾਂ ਕਹਿੰਦੇ ਆਪਾਂ ਵੀ ਸ਼ਰਨ 'ਚ ਆਏ ਹਾਂ, ਬਹੁਤਾਤ ਗਿਣਤੀ 'ਚ ਮੇਰੇ ਵਰਗੇ ਗੁਰੂ ਦੇ ਘਰ ਵੀ ਆ ਜਾਂਦੇ ਆ, ਅਤੇ ਕਿਤੇ ਹੋਰ ਵੀ ਦੱਸ ਪਵੇ ਤਾਂ ਉੱਥੇ ਵੀ ਚਲੇ ਜਾਂਦੇ ਆ, ਮਾਫ ਕਰਿਓ, ਉਹ ਸਾਰੇ ਥਾਵਾਂ 'ਤੇ ਕਈ ਵਾਰੀ ਚਲੇ ਜਾਂਦੇ ਆ। ਗੰਗਾ ਗਏ ਗੰਗਾ ਰਾਮ, ਜਮੁਨਾ ਗਏ ਜਮੁਨਾ ਦਾਸ, ਜਿੱਥੇ ਗਏ ਉੱਥੇ, ਜੇ ਵੀਰਵਾਰ ਆ ਗਿਆ ਉੱਥੇ ਵੀ ਤੇਲ ਪਾਏ, ਅਤੇ ਜੇ ਕੋਈ ਹੋਰ ਆ ਗਿਆ ਨਾ ਉੱਧਰ ਵੀ ਦੌੜ ਗਏ। ਪਾਤਸ਼ਾਹ ਜੀ ਕਹਿੰਦੇ ਆ ਸ਼ਰਨ 'ਚ ਆ, ਅਤੇ ਜਦੋਂ ਸ਼ਰਨ 'ਚ ਆਏ ਨਾ, ਅਤੇ ਨਾਲ ਇੱਕ ਸ਼ਬਦ ਪੜ੍ਹ ਕੇ ਆਈ, ਸਗਲ ਦੁਆਰ ਕੋ, ਸਾਰੇ ਦੁਆਰੇ ਛੱਡ ਕੇ ਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ, ਕਹਿੰਦੇ ਸਾਰੇ ਦੁਆਰੇ ਛੱਡ ਆਇਆ, ਹੁਣ ਮੈਂ ਕਿਸੇ ਨੂੰ ਨਹੀਂ ਧਿਆਉਂਦਾ, ਹੋਰ ਕਿਸੇ ਦਰ 'ਤੇ ਨਹੀਂ। ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ। ਅਤੇ ਪਾਤਸ਼ਾਹ ਜੀ ਮੈਂ ਤੇਰੇ ਦਰ 'ਤੇ ਆਇਆ ਨਾ, ਜੇ ਮੈਂ ਸਾਰੇ ਦਰ ਛੱਡ ਕੇ ਹੁਣ ਤੇਰੇ ਦਰ ਆਇਆ ਵਾਂ, ਅਤੇ ਮੈਂ ਤੇਰੇ ਦਰ 'ਤੇ ਆ ਕੇ ਇੱਕ ਕੰਮ ਹੋਰ ਕੀਤਾ, ਮੈਂ ਤੇਰੀ ਬਾਂਹ ਨਹੀਂ ਫੜੀ, ਮੈਂ ਤੇਰੀ ਬਾਂਹ ਨਹੀਂ ਫੜੀ, ਬਲਕਿ ਆਪਣੀ ਬਾਂਹ ਮੈਂ ਤੈਨੂੰ ਫੜਾ ਰਿਹਾ। ਫਰਕ ਆ ਨਾ, ਬਾਂਹ ਫੜਨੀ ਅਤੇ ਬਾਂਹ ਫੜਾਉਣੀ, ਥੋੜ੍ਹਾ ਜਿਹਾ ਸਮਝਿਓ ਜੀ, ਬਾਂਹ ਫੜਨੀ ਨਹੀਂ ਫੜਾਉਣੀ ਆ, ਗੁਰੂ ਨੂੰ ਫੜਾ ਦਿਓ। ਜੇ ਫੜਾਂਗੇ ਨਾ ਤਾਂ ਕੀ ਹੁੰਦਾ, ਕਈ ਵਾਰੀ ਬੱਚੇ ਨੇ ਬਾਪ ਦੀ ਉਂਗਲ ਫੜੀ ਹੁੰਦੀ ਆ, ਤੁਰਿਆ ਜਾ ਰਿਹਾ ਅਤੇ ਬੱਚੇ ਨੂੰ ਠੇਡਾ ਲੱਗਾ ਅਤੇ ਉਂਗਲ ਛੁੱਟ ਜਾਂਦੀ ਆ, ਠੇਡਾ ਲੱਗਾ ਅਤੇ ਛੁੱਟ ਗਈ, ਬੱਚੇ ਨੇ ਫੜੀ ਸੀ ਨਾ। ਪਰ ਜੇ ਬਾਂਹ ਬਾਪ ਨੇ ਫੜੀ ਹੋਵੇ ਤਾਂ ਬੱਚੇ ਨੂੰ ਠੇਡਾ ਲੱਗਾ, ਬੱਚਾ ਡਿੱਗਣ ਲੱਗਾ ਅਤੇ ਬਾਪ ਘੁੱਟ ਕੇ ਫੜ ਲੈਂਦਾ ਬਾਂਹ, ਬੱਚੇ ਨੂੰ ਡਿੱਗਣ ਨਹੀਂ ਦਿੰਦਾ। ਪਾਤਸ਼ਾਹ ਮੈਂ ਆਪਣੀ ਬਾਂਹ ਤੈਨੂੰ ਫੜਾਈ ਆ, ਸਾਰੇ ਦੁਆਰੇ ਛੱਡ ਕੇ
ਤੇ ਹੁਣ ਮੈਂ ਤੇਰੇ ਦਰ ਤੇ ਆਇਆ, ਮੇਰੇ ਤੇ ਇੱਕ ਕਿਰਪਾ ਕਰ। ਜਿਹੜੀ ਬਾਂਹ ਫੜਾਈ ਆ ਨਾ, ਇਹਦੀ ਲਾਜ ਵੀ ਤੂੰ ਰੱਖੀ ਆ, ਇਹਦੀ ਲਾਜ ਵੀ ਤੂੰ ਰੱਖੀ। ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ, ਬਾਹੀ ਗਹੇ ਕੀ ਲਾਜ ਅਸ ਗੋਬਿੰਦ ਦਾਸ। ਤੇ ਪੰਜਵੇਂ ਪਾਤਸ਼ਾਹ ਜੀ ਕੀ ਕਹਿੰਦੇ ਆ? ਪਾਤਸ਼ਾਹ ਜੀ ਕਹਿੰਦੇ ਆ, ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਪਹਿਲੀ ਪੰਕਤੀ 12 ਮਾਂ ਦੀ, ਪਾਤਸ਼ਾਹ ਜੀ ਕਹਿੰਦੇ ਤੇਰੇ ਤੋਂ ਵਿਛੜ ਗਏ ਆ, ਪਰ ਵਿਛੜੇ ਕਿਉਂ ਆ? ਆਪਣੇ ਕੰਮਾਂ ਕਰਕੇ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸਾਮ। ਸਾਮ ਦਾ ਅਰਥ ਸ਼ਰਨ, ਜਿਹੜੀ ਸ਼ਰਨ 'ਚ ਗੁਰੂ ਅਰਜਨ ਦੇਵ ਮਹਾਰਾਜ ਪੈਣ ਵਾਸਤੇ ਕਹਿ ਰਹੇ ਆ, ਸ਼ਰਨ 'ਚ ਆ ਜਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਨਾ, ਤਾਂ ਸਾਧ ਸੰਗਤ ਤਿੰਨ ਸਿੱਖਾਂ ਦਾ ਜ਼ਿਕਰ ਆਉਂਦਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੁਕਮ ਦੇ ਨਾਲ ਦਰਬਾਰ ਸਾਹਿਬ ਦੀ ਸੰਪੂਰਨਤਾ ਹੋ ਜਾਂਦੀ ਆ, ਇੱਥੇ ਜਦੋਂ ਮਾਝੇ ਦੀ ਧਰਤੀ 'ਚ ਪ੍ਰਚਾਰ ਹੋਣਾ ਸ਼ੁਰੂ ਹੋਇਆ ਨਾ, ਅਤੇ ਮਾਝੇ ਦੀ ਧਰਤੀ ਦਾ ਰਹਿਣ ਵਾਲਾ ਭਾਈ ਲੰਗਾਹਾਂ ਅਤੇ ਸਖੀ ਸਰਵਣਿਆਂ ਦਾ ਚੇਲਾ, ਮੈਂ ਸੰਖੇਪ 'ਚ ਹੀ ਰੱਖਾਂਗਾ, ਇਹ ਸਖੀ ਸਰਵਣਿਆਂ ਦਾ ਚੇਲਾ, ਇਹਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਸਿੱਖੀ ਧਾਰਨ ਕਰ ਲਈ ਅਤੇ ਦੁਆਬੇ ਦੀ ਧਰਤੀ ਤੋਂ ਇਹਨੂੰ ਮਿਲਣ ਵਾਸਤੇ ਇਹਦਾ ਸਾਥੀ ਇੱਕ ਆਇਆ, ਜਿਹਦਾ ਨਾਂ ਇਤਿਹਾਸ 'ਚ ਆਉਂਦਾ ਭਾਈ ਮੰਝ। ਭਾਈ ਮੰਝ ਆ ਗਿਆ, ਉਹਨੂੰ ਪਤਾ ਲੱਗਾ ਵੀ ਭਾਈ ਲੰਗਾਹਾਂ ਕਿੱਥੇ ਆ। ਕਹਿੰਦੇ ਜੀ ਅੰਮ੍ਰਿਤਸਰ ਸ਼ਹਿਰ ਉੱਥੇ ਆ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ। ਇਹ ਵੀ ਆ ਗਿਆ, ਇਹ ਭਾਈ ਲੰਗਾਹਾਂ ਨੂੰ ਮਿਲਿਆ, ਵਿਚਾਰਾਂ ਹੋਈਆਂ, ਕੁਝ ਦਿਨ ਅੰਮ੍ਰਿਤਸਰ ਸ਼ਹਿਰ ਰਿਹਾ। ਜਦੋਂ ਇੱਥੇ ਰਿਹਾ ਨਾ, ਇਹਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਮਾਣੀ। ਹੁਣ ਸੰਗਤ ਮਾਣੀ ਤੇ ਜਦੋਂ ਜਾਣ ਲੱਗਾ ਤੇ ਕਹਿੰਦਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਮੈਂ ਤੇਰਾ ਸਿੱਖ ਬਣਨਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਨਾਂਹ ਕਰਤੀ ਤੇ ਕਹਿੰਦਾ ਮੈਂ ਸਖੀ ਸਰਵੜਿਆਂ ਦਾ ਪ੍ਰਚਾਰਕ ਹਾਂ, ਅਸੀਂ ਤੇ ਲੋਕਾਂ ਨੂੰ ਘੇਰ ਘੇਰ ਕੇ ਲਿਆਉਂਦੇ ਹਾਂ, ਪਹਿਲਾ ਵਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਪਹਿਲੇ ਵੇਖੇ, ਮੈਂ ਤੁਹਾਡਾ ਚੇਲਾ ਬਣਨਾ ਚਾਹੁੰਦਾ, ਤੁਸੀਂ ਨਾਂਹ ਕਰ ਦਿਓ। ਪਾਤਸ਼ਾਹ ਜੀ ਕਹਿੰਦੇ ਨਹੀਂ, ਕਿਉਂ? ਪਾਤਸ਼ਾਹ ਜੀ ਕਹਿੰਦੇ ਤੂੰ ਪਹਿਲਾਂ ਕਿਸੇ ਦਾ ਚੇਲਾ। ਇਹ ਘਰ ਗਿਆ, ਇਹਨੇ ਜਾ ਕੇ ਜਗ੍ਹਾ ਹਟਾ ਦਿੱਤੀ, ਸਾਰਾ ਕੁਝ ਚੌਧਰੀ ਸੀ 25 ਪਿੰਡਾਂ ਦਾ, ਚੌਧਰ ਚਲੀ ਗਈ, ਪਤਨੀ ਵਿਚਾਰੀ ਕਿਸੇ ਦੇ ਘਰ ਕੰਮ ਕਰਨ ਲੱਗ ਪਈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸੁਨੇਹਾ ਮਿਲਿਆ। ਜਦੋਂ ਸੁਨੇਹਾ ਮਿਲਿਆ, ਇਹਨੇ ਸ਼ੁਕਰਾਨਾ ਕੀਤਾ, ਪਹਿਲੀ ਵਾਰ ਮੈਨੂੰ ਗੁਰੂ ਨੇ ਯਾਦ ਕੀਤਾ। ਅਸੀਂ ਤਾਂ ਗੁਰੂ ਨੂੰ ਯਾਦ ਕਰਦੇ ਹਾਂ ਨਾ, ਅਸੀਂ ਰੋਜ਼ ਗੁਰੂ ਨੂੰ ਯਾਦ ਕਰਦੇ ਹਾਂ, ਕਿੰਨਾ ਵਡਭਾਗੀ ਘੜੀ ਹੋਊਗੀ ਜਦੋਂ ਗੁਰੂ ਸਾਨੂੰ ਚੇਤੇ ਕਰੇ। ਇਹ ਬੜਾ ਖੁਸ਼ ਹੋਇਆ, ਮੈਨੂੰ ਗੁਰੂ ਨੇ ਚੇਤੇ ਕੀਤਾ। ਅੰਮ੍ਰਿਤਸਰ ਆ ਗਿਆ, ਆ ਕੇ ਸੇਵਾ ਕੀਤੀ ਅਤੇ ਗੁਰੂ ਦੇ ਦਰ 'ਤੇ ਆਇਆ, ਸੇਵਾ ਕੀਤੀ ਅਤੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋਈ। ਮੰਝ ਪਿਆਰਾ ਗੁਰੂ ਕੋ ਗੁਰ, ਮੰਝ ਪਿਆਰਾ, ਮੰਝ ਗੁਰੂ ਕਾ ਬਹੁਤ ਥਾ ਜਗ ਲੰਘਣਾਰਾ। ਹੁਣ ਤੀਸਰਾ ਸਾਥੀ ਸ਼ਰਨ ਪ੍ਰੀਜਾ, ਸ਼ਰਨ 'ਚ ਆਉਣਾ, ਜਿਹੜੇ ਸ਼ਰਨ 'ਚ ਆਏ ਦੁਬਾਰਾ ਫਿਰ ਨਹੀਂ ਕਿਤੇ ਗਏ। ਹੁਣ ਤੀਸਰਾ ਸਾਥੀ ਮਾਲਵੇ ਦੀ ਧਰਤੀ ਤੋਂ ਚੱਲਿਆ, ਉਹਦਾ ਨਾਂ ਭਾਈ ਬਹਿਲੋ ਕਰਕੇ ਆਇਆ। ਜਦੋਂ ਇਹਨੇ ਸੁਣਿਆ ਵੀ ਭਾਈ ਲੰਗਾਹਾਂ ਬਣ ਗਿਆ, ਭਾਈ ਮੰਝ ਬਣ ਗਿਆ, ਵੀ ਘਰ ਤੋਂ ਚੱਲਿਆ,
ਇਹਨੇ ਸਖੀ ਸਰਵਰੇ ਦੀ ਜਿਹੜੀ ਜਗ੍ਹਾ ਢਾਈ, ਇਹਨੇ ਸਾਰਾ ਕੁਝ ਸਮਾਨ ਇਕੱਠਾ ਕੀਤਾ ਤੇ ਲਿਫਾਫੇ ਚ ਪਾਇਆ, ਝੋਲੇ ਚ ਪਾ ਕੇ ਤੇ ਤੁਰ ਪਿਆ ਅੰਮ੍ਰਿਤਸਰ ਨੂੰ। ਜਦੋਂ ਤੁਰਿਆ ਆਇਆ ਹਰੀ ਕੇ ਪੱਤਣ ਇਹਨੇ ਆ ਕੇ ਇੱਕ ਵਾਰ ਫਿਰ, ਅਜੇ ਸਿੱਖਿਆ ਨਹੀਂ, ਗੁਰੂ ਦੇ ਦੀਦਾਰ ਨਹੀਂ ਕੀਤੇ, ਇਹਨੇ ਇੱਕ ਵਾਰੀ ਫਿਰ ਹਰੀ ਕੇ ਪੱਤਣ ਆ ਕੇ ਫਿਰ ਇੱਕ ਵਾਰੀ ਪੁੱਛਿਆ। ਕਹਿਣ ਲੱਗਾ, ਜੀ ਮੈਂ ਤੇਰੀ ਸਾਰੀ ਜ਼ਿੰਦਗੀ ਸੇਵਾ ਕੀਤੀ ਆ, ਪ੍ਰਚਾਰ ਕਰਦਾ ਰਿਹਾ, ਜੇ ਤੇਰੇ 'ਚ ਕੋਈ ਤਾਕਤ ਆ, ਤੇਰਾ ਕੋਈ ਰੂਪ ਹੈਗਾ ਤਾਂ ਮੈਨੂੰ ਆਪਣਾ ਰੂਪ ਵਿਖਾ, ਨਹੀਂ ਤਾਂ ਮੈਂ ਸਾਰਾ ਕੁਝ ਇੱਥੇ ਹਰੀ ਕੇ ਸੁੱਟ ਕੇ ਅਤੇ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਬਣ ਜਾਣਾ। ਇਹਨੇ ਸਾਰਾ ਕੁਝ ਹਰੀ ਕੇ ਪੱਤਣ ਸੁੱਟਿਆ, ਆ ਕੇ ਅੰਮ੍ਰਿਤਸਰ ਸਾਹਿਬ ਇੱਥੇ ਆ ਕੇ ਇਹਨੇ ਸੇਵਾ ਕੀਤੀ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤੱਕਦੇ ਆ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਖੁਸ਼ ਹੋ ਕੇ ਫਿਰ ਕੀ ਕਹਿੰਦੇ ਆ, ਭਾਈ ਬਹਿਲੋ ਸਭ ਤੋਂ ਪਹਿਲੋਂ ਇਹ ਵਰ ਦੇਤਾ, ਖੁਸ਼ ਹੋ ਕੇ ਸ਼ਰਨ ਪ੍ਰੀਜਾ, ਸ਼ਰਨ 'ਚ ਆਇਆ ਅਤੇ ਆਉਣਾ ਏ ਅਤੇ ਭਾਈ ਮੰਝ ਵਾਂਗੂ ਆ, ਭਾਵੇਂ ਸਾਰਾ ਕੁਝ ਚਲਿਆ ਜਾਵੇ, ਚੌਧਰ ਚਲੀ ਜਾਵੇ, ਕੋਈ ਪਰਵਾਹ ਨਹੀਂ। ਘਰ ਗਹਿਣੇ ਪੈ ਗਿਆ, ਪਤਨੀ ਜਿਹੜੀ ਜਿਸ ਘਰ ਦੇ ਵਿੱਚ 25-30 ਨੌਕਰ ਕੰਮ ਕਰਦੇ ਸੀ, ਇਹ ਦਿਨ ਆ ਗਏ ਨੌਕਰਾਂ ਦੇ ਵਾਂਗ ਲੋਕਾਂ ਦੇ ਘਰਾਂ 'ਚ ਜੂਠੇ ਭਾਂਡੇ ਮਾਂਜਣੇ ਪੈ ਗਏ। ਫਿਰ ਗੁਰੂ ਦੀ ਸ਼ਰਨ 'ਚ ਆਇਆ, ਆ ਕੇ ਗੁਰੂ ਦੀ ਸੰਗਤ ਕਰਦਾ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫਿਰ ਇਹ ਕਹਿ ਦਿੰਦੇ ਆ, ਕਈ ਵੇਲੜਾ ਇੱਥੇ ਲੰਗਰ ਛਕਣ ਆ ਜਾਂਦੇ ਆ, ਕਈ ਬਸ ਇੱਥੇ ਲੰਗਰ ਛਕਣ ਹੀ ਆਏ। ਮਨ 'ਚ ਫਿਰ ਨਹੀਂ ਆਇਆ ਵੀ ਜਿਸ ਗੁਰੂ ਵਾਸਤੇ ਚੌਧਰ ਚਲੀ ਗਈ ਆਹ ਦਿਨ ਆ ਗਏ, ਉਹ ਗੁਰੂ ਫਿਰ ਮੈਨੂੰ ਮਜ਼ਾਕ ਕਰਦਾ ਪਿਆ, ਉਹ ਗੁਰੂ ਫਿਰ ਧੱਕੇ ਦਿੰਦਾ ਪਿਆ। ਅਤੇ ਮਨ ਕਹਿੰਦਾ, ਨਹੀਂ ਇਹਦਾ ਦਰ ਨਹੀਂ ਛੱਡਣਾ, ਇੱਥੇ ਆਇਆ ਨਾ, ਭਾਵੇਂ ਰੱਖ ਲੇ ਭਾਵੇਂ ਮਾਰ ਲੇ, ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤੇਰੀ ਸ਼ਰਨ 'ਚ ਆ ਗਿਆ, ਤੇਰੀ ਸ਼ਰਨ 'ਚ ਆਇਆ, ਹੁਣ ਕਿਤੇ ਹੋਰ ਨਹੀਂ ਜਾਣਾ, ਹੋਰ ਕਿਤੇ ਨਹੀਂ ਜਾਣਾ। ਆਪਾਂ ਪੰਕਤੀ ਪੜ੍ਹਦੇ ਹਾਂ, ਰਾਖ ਪ੍ਰਭੂ ਭਾਵੇਂ ਕੀ ਆ ਜੀ, ਮਾਰ ਭਾਵੇਂ ਰੱਖ ਲਾ ਅਤੇ ਭਾਵੇਂ ਮਾਰ ਲਾ, ਮੈਂ ਤੇਰੀ ਸ਼ਰਨ 'ਚ ਆਇਆ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ 'ਚ ਆਏ ਅਤੇ ਰੋਜ਼ ਗਾਗਰ ਲੈਣੀ, ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਉੱਠਣ ਤੋਂ ਪਹਿਲਾਂ ਬਿਆਸ ਜਾਣਾ ਦਰਿਆ 'ਤੇ, ਬਿਆਸ ਦਰਿਆ 'ਤੇ ਜਾ ਕੇ ਇਸ਼ਨਾਨ ਕਰਨਾ, ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵਾਸਤੇ ਗਾਗਰ ਲਿਆ ਭਰ ਕੇ ਅਤੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਪਹੁੰਚਣਾ ਅਤੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਇਸ਼ਨਾਨ ਕਰਾਉਣਾ। ਇੱਕ ਦਿਨ ਗਾਗਰ ਸਿਰ 'ਤੇ ਰੱਖੀ, ਮੀਂਹ ਆਉਣ ਲੱਗ ਪਿਆ। ਜਦੋਂ ਮੀਂਹ ਆਇਆ ਨਾ, ਹਵਾ ਚੱਲਣ ਲੱਗ ਪਈ, ਰਸਤਾ ਭਟਕ ਗਏ, ਰਸਤਾ ਭਟਕ ਗਏ ਅਤੇ ਠੇਡਾ ਲੱਗਾ। ਜਦੋਂ ਠੇਡਾ ਲੱਗੇ, ਡਿੱਗੇ ਖੜਾਕ ਹੋਇਆ, ਅੰਦਰ ਔਰਤ ਅਤੇ ਉਹਦਾ ਪਤੀ ਬੈਠੇ ਆ ਅਤੇ ਪਤੀ ਕਹਿੰਦਾ ਵੀ ਬਾਹਰ ਵੇਖ ਕੌਣ ਆ ਖੜਾਕ ਹੋਇਆ। ਅਤੇ ਉਹ ਪਤਾ ਕੀ ਕਹਿੰਦੀ ਆ, ਇੱਕ ਉਰਦੂ ਦਾ ਸ਼ਾਇਰ ਉਹਨੇ ਲਿਖਿਆ, ਉਹ ਕਹਿੰਦੀ ਆ, ਔਰ ਕੌਣ ਹੋਗਾ, ਹੋਗਾ ਅਮਰੂ ਨਥਾਵਾਂ, ਸਾਰਾ ਦਿਨ ਹੈ ਭਟਕਤਾ। ਕਹਿੰਦੀ ਸਾਰਾ ਹੋਰ ਕੌਣ ਆ, ਅਮਰੂ ਨਥਾਵਾਂ ਹੋਊਗਾ, ਸਾਰਾ ਦਿਨ ਭਟਕਦਾ ਰਹਿਤਾ। ਕਹਿੰਦੀ ਸਾਰਾ ਦਿਨ ਭਟਕਦਾ ਰਹਿੰਦਾ, ਹੋਰ ਕੋਈ ਨਹੀਂ ਅਮਰੂ ਨਥਾਵਾਂ ਹੈ। ਉਹ ਕਹਿੰਦਾ ਮੀਣਾ ਹੋਵੇ ਤੇ ਇੱਦਾਂ ਦਾ ਹੋਵੇ, ਮੀਣਾ ਮਾਰਿਆ ਨਾ ਉਹਨੇ, ਉਹ ਕਹਿੰਦਾ ਮੀਣਾ ਹੋਵੇ ਤੇ ਇੱਦਾਂ ਦਾ ਹੋਵੇ,
ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਕੰਨਾਂ 'ਚ ਉਹਦੀ ਆਵਾਜ਼ ਪਈ, ਹੋਰ ਕੋਈ ਨਹੀਂ, ਅਮਰੂ ਨਥਾਵਾਂ ਏ। ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅੱਗੋਂ ਕਹਿਣ ਲੱਗੇ, ਚੁੱਪ ਕਰ ਏ ਕਮਲੀ, ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇਂ। ਉਹ ਕਮਲੀ ਚੁੱਪ ਕਰ, ਗੁਰੂ ਦੀ ਸ਼ਾਨ 'ਚ ਕਿਹੜਾ ਸ਼ਬਦ ਵਰਤਦੀ ਪਈ ਆ। ਗੁਰੂ ਅੰਗਦ ਦੇਵ ਪਾਤਸ਼ਾਹ ਦੀ ਮਹਾਰਾਜ ਦੀ ਸ਼ਾਨ ਦੇ ਵਿੱਚ ਕੋਈ ਗਲਤ ਸ਼ਬਦ ਨਾ ਬੋਲੀ। ਹੇ ਕਮਲੀ ਚੁੱਪ ਕਰ, ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇਂ। ਉਹ ਕਹਿੰਦਾ ਉਸੀ ਵਕਤ ਉਹ ਔਰਤ ਕਮਲੀ ਹੋਈ, ਨਿਸ਼ਾਨਾ ਹੋ ਤੋ ਐਸਾ। ਕਹਿੰਦੇ ਨਿਸ਼ਾਨਾ ਹੋਵੇ ਤੇ ਏਦਾਂ ਦਾ ਹੋਵੇ, ਉਸ ਗੁਰੂ ਦੇ ਸਿੱਖ ਦੇ ਮੁੱਖ ਦੇ ਵਿੱਚੋਂ ਸ਼ਬਦ ਨਿਕਲਿਆ, ਉਹ ਔਰਤ ਉਸੇ ਵਕਤ ਸੱਚਮੁੱਚ ਕਮਲੀ ਹੋ ਗਈ। ਕੋਈ ਕੁੜਮਾਚਾਰੀ ਨਹੀਂ, ਕੁੜਮਾ ਰਿਸ਼ਤੇ ਦੇ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ, ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਧੀ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਭਰਾ ਦਾ ਪੁੱਤਰ ਭਾਈ ਜੱਸੂ ਦੇ ਵੱਲ ਵਿਆਹੀ ਹੋਈ ਆ। ਕੋਈ ਕੁੜਮਾਚਾਰੀ ਨਹੀਂ, ਸਾਰਾ ਕੁਝ ਛੱਡ ਕੇ, ਸਾਰੀ ਰਿਸ਼ਤੇਦਾਰੀਆਂ ਛੱਡ ਕੇ, ਉਮਰ ਦੇ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਛੋਟੇ ਆ, ਸਾਰਾ ਕੁਝ ਛੱਡ ਕੇ ਸ਼ਰਨ 'ਚ ਆਏ ਇੱਕ ਨਥਾਵਿਆਂ ਦੇ ਵਾਂਗੂ। ਲੋਕ ਨਥਾਵਾਂ ਹੀ ਕਹਿੰਦੇ ਆ ਨਾ, ਵੀ ਸਾਰਾ ਹੈ ਨਹੀਂ ਆ, ਬੁਢੇਪੇ ਦੇ ਵਿੱਚ ਰੋਟੀ ਖਾਣ ਵਾਸਤੇ ਆ ਗਿਆ, ਕੁੜਮਾਂ ਦੇ ਘਰ ਗਾਗਰਾਂ ਢੋਂਦਾ ਪੈਂਦਾ। ਪਾਤਸ਼ਾਹ ਜੀ ਕਹਿੰਦੇ ਸ਼ਰਨ 'ਚ ਆਉਣਾ ਤੇ ਇੱਦਾਂ ਆ, ਇੱਦਾਂ ਸ਼ਰਨ 'ਚ ਆ। ਅੱਗੇ ਪਾਤਸ਼ਾਹ ਜੀ ਕਹਿੰਦੇ ਆ, ਸ਼ਰਨ ਪ੍ਰੀਤ ਕਰੈ ਸੋ ਭਲਾ ਮਨਾਈ ਹੈ। ਇਹ ਤੀਸਰਾ ਬਚਨ ਆ ਜੇ ਪਰਮਾਤਮਾ ਪ੍ਰਾਪਤ ਕਰਨਾ, ਇਹ ਤੀਸਰਾ ਹੁਕਮ ਆ ਗੁਰੂ ਅਰਜਨ ਦੇਵ ਪਾਤਸ਼ਾਹ, ਕਰੈ ਸੋ ਭਲਾ ਮਨਾਈ ਹੈ। ਇਹ ਬੜਾ ਔਖਾ ਜੀ, ਜਿੱਦਾਂ ਪਰਮਾਤਮਾ ਕਰਦਾ ਉਹਦੀ ਰਜ਼ਾ 'ਚ ਚੱਲਣਾ, ਜਿੱਦਾਂ ਪਰਮਾਤਮਾ ਰੱਖਦਾ ਹੈ ਉਹਦੀ ਸ਼ਰਨ 'ਚ ਪੈਣਾ, ਉਹਦੇ ਹੁਕਮ ਨੂੰ ਮੰਨਣਾ, ਅਤੇ ਜਿੱਦਾਂ ਪਰਮਾਤਮਾ ਕਰਦਾ ਜਿੱਥੇ ਵੀ ਰੱਖਣਾ ਚਾਹੁੰਦਾ ਹੈ ਉੱਦਾਂ ਰਹਿਣਾ। ਕਰਿਆ ਸੋ ਭਲਾ ਮਨਾਈ ਹੈ, ਉਸ ਉਹਦੇ ਵਿੱਚ ਖੁਸ਼ ਹੋ ਜੋ ਜਿੱਥੇ ਗੁਰੂ ਰੱਖਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆ, ਪਰਮਾਤਮਾ ਜੇ ਤੇਰੀ ਵਡਿਆਈ ਆ, ਜੇ ਤੇਰੀ ਕਿਰਪਾ ਆਏ ਹੋ ਜੇ ਤੇ ਮੈਨੂੰ ਤੂੰ ਤਖ਼ਤ 'ਤੇ ਬਿਠਾ ਦੇ, ਜੇ ਤਾਂ ਤੇਰੀ ਵਡਿਆਈ ਨਾ ਤੇਰੀ ਸ਼ੋਭਾ ਏ, ਅਤੇ ਜੇ ਕੋਈ ਇੱਦਾਂ ਦਾ ਦੇਣ ਆ ਜੇ ਤੂੰ ਮੈਨੂੰ ਤਖ਼ਤ ਤੋਂ ਲਾ ਕੇ ਘਾਹ ਖੋਤਣ ਲੱਗ ਦੇ, ਕਦੀ ਦੇਣ ਇੱਦਾਂ ਦੇ ਵੀ ਆਉਣ, ਬੜਾ ਕੁਝ ਘਰ 'ਚ ਹੋਵੇ ਅਤੇ ਕਦੀ ਇੱਦਾਂ ਦੇ ਦਿਨ ਵੀ ਆ ਸਕਦੇ ਆ ਵੀ ਚਾਰ ਦੇ ਨਾਲ ਸੁੱਕੀ ਵੀ ਖਾਣੀ ਪਵੇ, ਕਦੀ 36 ਪ੍ਰਕਾਰ ਦੇ ਪਦਾਰਥ ਹੋਣ ਅਤੇ ਕਦੀ ਸੁੱਕੀ ਵੀ ਖਾਣੀ ਪਵੇ, ਪਰ ਉਹਦੇ ਹੁਕਮ 'ਚ ਕਰੈ ਸੋ ਭਲਾ ਮਨਾਈ ਹੈ, ਜਿੱਦਾਂ ਪਰਮਾਤਮਾ ਕਰਦਾ ਉੱਦਾਂ ਭਲਾ ਕਰਕੇ ਮੰਨ, ਜੋ ਕਰਦਾ ਉਹਦੇ ਉਹ ਪਰਮਾਤਮਾ ਕਦੀ ਕਿਸੇ ਦੇ ਨਾਲ ਵੈਰ ਨਹੀਂ ਕਰਦਾ ਜੀ। ਮੈਂ ਇੱਕ ਬੇਨਤੀ ਕਰਕੇ ਸਾਧ ਸੰਗਤ ਥੋੜ੍ਹਾ ਜਿਹਾ 10 ਕੁ ਮਿੰਟ ਦਾ ਸਮਾਂ ਉਹਨਾਂ ਘੱਲੂਘਾਰੇ ਦੇ ਵਿੱਚ ਉਹ ਵਿਚਾਰ ਕਰਨੀ ਹੁਕਮ ਹੋਇਆ ਸੀ। ਸਾਧ ਸੰਗਤ ਜੋ ਪਰਮਾਤਮਾ ਕਰਦਾ ਉਹ ਭਲਾ ਹੈ, ਉਹਦਾ ਹੁਕਮ ਆ, ਉਹ ਕਦੀ ਕਿਸੇ ਦੇ ਨਾਲ ਵੈਰ ਨਹੀਂ ਉਹਦਾ, ਕਦੀ ਮਾੜਾ ਨਹੀਂ। ਆਪਾਂ ਕਈ ਵਾਰੀ ਸ਼ਬਦ ਵਰਤ ਦਿੰਦੇ ਹਾਂ ਪਰਮਾਤਮਾ ਨੇ ਸਾਡੇ ਨਾਲ ਧੱਕਾ ਕੀਤਾ ਜੀ, ਵਰਤਦੇ ਹਾਂ ਨਾ ਆਪਾਂ, ਕਈ ਵਾਰੀ ਮਾੜਾ ਹੋ ਜੇ ਅਤੇ ਆਪਾਂ ਕਈ ਵਾਰੀ ਸ਼ਬਦ ਵਰਤ ਦਿੰਦੇ ਹਾਂ ਰੱਬ ਨੇ ਮੇਰੇ ਨਾਲ ਧੱਕਾ ਕੀਤਾ, ਰੱਬ ਨੇ ਕਹਿਰ ਕਰਤਾ। ਕਿਸੇ ਜਵਾਨ ਦੀ ਮੌਤ ਹੋ ਜੇ,
ਕਿਤੇ ਪਿੰਡ ਦੇ ਵਿੱਚ, ਤੇ ਆਮ ਲੋਕ ਗੱਲਾਂ ਕਰਨ ਲੱਗ ਪੈਂਦੇ ਆ, ਰੱਬ ਦਾ ਕਹਿਰ ਹੋ ਗਿਆ। ਰੱਬ ਕਹਿਰ ਕਰਦਾ ਜੀ? ਜੇ ਰੱਬ ਕਹਿਰ ਕਰਦਾ, ਰੱਬ ਧੱਕਾ ਕਰਦਾ, ਤੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਮੂਲ ਮੰਤਰ ਦੇ ਵਿੱਚ ਰੱਬ ਦੇ ਗੁਣ ਦੱਸਦਿਆਂ ਤੇ ਕਿਹਾ, ਪਰਮਾਤਮਾ ਕੀ ਹੈ ਜੀ? ਨਿਰ ਵੈਰ। ਨਿਰਵੈਰ ਦਾ ਅਰਥ ਉਹਦਾ ਕਿਸੇ ਦੇ ਨਾਲ ਵੈਰ ਨਹੀਂ ਹੈਗਾ, ਉਹਦੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ। ਤੇ ਫਿਰ ਸਾਡੇ ਜੀਵਨ 'ਚ ਮਾੜਾ ਹੋਇਆ ਤੇ ਆਪਾਂ ਕਿਹਾ ਰੱਬ ਨੇ ਸਾਡੇ ਨਾਲ ਕੀ ਕੀਤਾ ਜੀ? ਧੱਕਾ ਕੀਤਾ। ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਪੁੱਤਰ ਰੱਬ ਧੱਕਾ ਨਹੀਂ ਕਰਦਾ, ਉਹ ਤੇ ਨਿਰਵੈਰ ਆ, ਉਹ ਕਿਸੇ ਨਾਲ ਧੱਕਾ ਨਹੀਂ ਕਰਦਾ। ਪੜ੍ਹੋ ਆਸਾ ਜੀ, ਆਸਾ ਰਾਗ ਦੇ ਵਿੱਚ ਪੱਟੀ ਬਾਣੀ ਨੂੰ, ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ। ਦੱਦਾ ਸ਼ਬਦ ਸਾਰਿਆਂ ਨੂੰ ਚੇਤੇ ਆ ਜੀ, ਦੱਦਾ ਦੋਸ਼ਣਾ ਦਿਉ ਕਿਸੈ, ਦੋਸ਼ ਕਰਮਾ ਆਪਣੇ ਆ। ਪਾਤਸ਼ਾਹ ਜੀ ਕਹਿੰਦੇ ਕਿਸੇ ਦੂਜੇ ਨੂੰ ਦੋਸ਼ ਨਾ ਦੇ, ਕਦੀ ਇਹ ਨਾ ਕਹੀ ਮੇਰੇ ਨਾਲ ਰੱਬ ਨੇ ਧੱਕਾ ਕੀਤਾ, ਆਪਣੇ ਅੰਦਰ ਝਾਤੀ ਮਾਰ, ਇਹਨੂੰ ਤੇ ਜਨਮਾਂ ਜਨਮਾਂ ਦੀ ਮੈਲ ਲੱਗੀ ਆ, ਮੈਲ ਕਿਤੇ ਕਈ ਜਨਮ ਭੁਗਤ ਕੇ ਆਇਆ, ਪਿਛਲੇ ਜਨਮਾਂ 'ਚ ਪਾਪ ਕੀਤੇ ਆ, ਸਜ਼ਾ ਹੁਣ ਵੀ ਮਿਲ ਸਕਦੀ ਆ। ਪਾਤਸ਼ਾਹ ਜੀ ਬਾਣੀ 'ਚ ਕਹਿੰਦੇ ਆ ਨਾ, ਇਸ ਇਹ ਜਿਹੜਾ ਮਨ ਆ ਇਹਨੂੰ ਜਨਮ ਜਨਮ ਦੀ ਮੈਲ ਲੱਗੀ ਆ। ਪਾਤਸ਼ਾਹ ਜੀ ਕਹਿੰਦੇ ਆ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਤੇ ਪਾਤਸ਼ਾਹ ਜੀ ਕਹਿੰਦੇ ਆ, ਕਰਮੀ ਆਪੋ ਕੇ ਨੇੜੈ ਜਿੰਨੀ ਨਾਮ ਧਿਆਇਆ। ਹੁਣ ਕਰਮੀ ਆਪੋ ਆਪਣੀ, ਕਿਸੇ ਦੂਜੇ ਦੀ ਨਹੀਂ, ਨਾ ਕਿਸੇ ਦੂਜੇ ਦਾ ਕੀਤਾ ਹੋਇਆ ਮਾੜਾ ਕਰਮ ਉਹਦਾ ਫਲ ਤੁਹਾਨੂੰ ਮਿਲਣਾ, ਤੇ ਨਾ ਕਿਸੇ ਦੇ ਕੀਤੇ ਹੋਏ ਚੰਗੇ ਕਰਮਾਂ ਦਾ ਫਲ ਤੁਹਾਨੂੰ ਮਿਲ ਸਕਦਾ। ਜੇ ਤੁਸੀਂ ਆਪਣੀ ਜ਼ਿੰਦਗੀ 'ਚ ਚੰਗੇ ਕਰਮ ਕਰੋਗੇ ਤੇ ਉਹਦਾ ਫਲ ਤੁਹਾਨੂੰ ਮਿਲਣਾ, ਤੇ ਜੇ ਮਾੜੇ ਕਰੋਗੇ ਤੇ ਉਹਦਾ ਫਲ ਤੁਹਾਨੂੰ ਮਿਲਣਾ। ਜੋ ਬੀਜਿਆ ਜਿਹਾ ਬੀਜਾ ਸੋ ਲੂਣਾ, ਪੰਜਵੇਂ ਪਾਤਸ਼ਾਹ ਜੀ, ਜਿਹਾ ਬੀਜਾ ਸੋ ਲੂਣਾ, ਕਰਮਾਂ ਸੰਧੜਾ ਖੇਤ। ਪਾਤਸ਼ਾਹ ਜੀ ਕਹਿੰਦੇ ਸਰੀਰ ਇੱਕ ਖੇਤ ਆ, ਜਿੱਥੇ ਜਿੱਦਾਂ ਦਾ ਬੀਜੇਗਾ ਉਦਾਂ ਦਾ ਵੱਢਣਾ ਪੈਣਾ। ਆਓ ਆਪਾਂ ਕੱਲ੍ਹ ਘੱਲੂਘਾਰੇ ਦੀ ਗੱਲ ਆਰੰਭ ਕੀਤੀ ਸੀ 1 ਜੂਨ ਤੱਕ ਦਾ। 1 ਜੂਨ ਨੂੰ ਭਾਈ ਮਹਿੰਗਾ ਸਿੰਘ ਜੀ ਬੱਬਰ, ਜਿਨ੍ਹਾਂ ਦੀ ਸ਼ਹਾਦਤ ਹੁੰਦੀ ਆ ਗੁਰਦੁਆਰਾ ਬਾਬਾ ਅਟਲ ਰਾਏ ਜੀ ਦੇ ਉਸ ਪਾਵਨ ਅਸਥਾਨ ਦੇ ਉੱਪਰ, 2 ਜੂਨ ਦਾ ਸਮਾਂ ਆਉਂਦਾ ਜੀ। 2 ਜੂਨ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਸੀ। 2 ਜੂਨ ਦਾ ਜਿਹੜਾ ਅੱਜ ਦਾ ਦਿਨ ਆ, ਇਸ ਦਿਨ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਸੀ 1984 ਦੇ ਵਿੱਚ। ਤੇ ਹਕੂਮਤ ਦੇ ਵੱਲੋਂ ਦਿਨ ਵੀ ਇਹ ਤਾਂ ਕਰਕੇ ਚੁਣਿਆ ਗਿਆ ਸੀ ਕਿ ਇਸ ਦਿਨ ਸੰਗਤ ਜਿਹੜਾ ਵੱਲ, ਮੈਂ ਬੇਨਤੀ ਇੱਕ ਕਰਦਾ ਸਾਧ ਸੰਗਤ, ਕਿਤੇ ਆਪਾਂ ਇਹਨੂੰ ਸਿਆਸੀ ਤੌਰ 'ਤੇ ਨਾ ਲਈਏ ਵੀ ਫਲਾਣੀ ਪਾਰਟੀ ਆ ਅੱਜ, ਕਿਉਂਕਿ ਥੋੜ੍ਹੇ ਦਿਨ ਪਹਿਲਾਂ ਵੋਟਾਂ ਲੰਘ ਕੇ ਗਈਆਂ ਨਾ, ਤੇ ਆਪਾਂ ਇੱਕ ਦੂਜੇ ਦੀਆਂ ਰੋਟੀਆਂ ਸੇਕੀਆਂ ਵੀ ਫਲਾਣੀ ਪਾਰਟੀ ਨੇ ਆਹ ਕੀਤਾ, ਫਲਾਣੀ ਪਾਰਟੀ ਨੇ ਅਟੈਕ। ਸਾਧ ਸੰਗਤ, ਕੋਈ ਪਾਰਟੀ ਮਾੜੀ ਨਹੀਂ ਤੇ ਕੋਈ ਚੰਗੀ ਨਹੀਂ ਜੀ, ਤੇ ਸਾਰੇ ਇੱਕੋ ਜਿਹੇ ਆ। ਜੇ ਇੱਕ ਨੇ ਉਹ ਕੀਤਾ ਤੇ ਦੂਜਿਆਂ ਨੇ ਕਿਹੜੀ ਘੱਟ ਕੀਤੀ ਆ, ਤੇ ਸਾਰੇ ਇੱਕੋ ਜਿਹੇ ਆ। ਕਿਉਂਕਿ ਜਿਹੜੀ ਰਾਜਨੀਤੀ ਆ ਨਾ ਸਾਧ ਸੰਗਤ, ਰਾਜਨੀਤੀ ਦੇ ਵਿੱਚ ਕੋਈ ਕਿਸੇ ਦਾ ਧੀ ਨਹੀਂ, ਪੁੱਤ ਨਹੀਂ ਤੇ ਕੋਈ ਕਿਸੇ ਦਾ ਬਾਪ ਨਹੀਂ ਹੈਗਾ। ਰਾਜਨੀਤੀ ਕਹਿੰਦੀ ਆ, ਰਾਜਨੀਤੀ 'ਚ ਕੋਈ ਸਗਾ ਨਹੀਂ ਹੈਗਾ,
ਰਾਜਨੀਤੀ ਦੇ ਵਿੱਚ ਪਿਓ ਦਾ ਸਿਰ ਵੱਢਣਾ ਪਵੇ ਤੇ ਵੱਢਿਆ ਗਿਆ ਤੇ ਵੱਢਦੇ ਨੇ। ਰਾਜਨੀਤੀ ਦੇ ਵਿੱਚ ਵੋਟਾਂ ਦੀ ਖਾਤਰ ਆਪਣੀ ਕੁਰਸੀ ਬਚਾਉਣ ਵਾਸਤੇ ਰਾਜਨੀਤੀ ਲੋਕਾਂ ਨੇ ਆਪਣੇ ਪੁੱਤ ਵੀ ਮਰਵਾਏ, ਆਪਣੇ ਭਰਾ ਵੀ ਮਾਰੇ। ਜਿਸ ਔਰੰਗਜ਼ੇਬ ਦੀ ਗੱਲ ਕਰਦੇ ਹਾਂ, ਤਖ਼ਤ ਤੇ ਬੈਠਣ ਤੋਂ ਪਹਿਲਾਂ ਆਪਣੇ ਭਰਾਵਾਂ ਦਾ ਕਤਲ ਕੀਤਾ, ਆਪਣੇ ਪਿਓ ਦਾ ਕਤਲ ਕਰਦਾ ਜੇਲ੍ਹ ਦੇ ਵਿੱਚ। ਅਤੇ ਅੱਜ ਵਾਲੇ ਰਾਜਨੀਤੀ ਲੋਕ ਵੀ ਇੱਦਾਂ ਦੇ, ਕਿਸੇ ਦੇ ਸਕੇ ਨਹੀਂ ਹੈਗੇ। ਮਤ ਕੋਈ ਸੋਚੋ ਵੀ ਸਾਡਾ ਰਾਜਨੀਤਿਕ ਮੇਰਾ ਬੜਾ ਨੇੜੇ ਦਾ, ਜਿੱਦਣ ਉਹਨੂੰ ਆਪਣਾ ਤਖ਼ਤ ਆਪਣੀ ਕੁਰਸੀ ਖਤਰੇ ਦੇ ਵਿੱਚ ਲੱਗੀ ਨਾ, ਉਦੋਂ ਕੋਈ ਕਿਸੇ ਦਾ ਭਰਾ ਨਹੀਂ ਹੈਗਾ, ਕੋਈ ਕਿਸੇ ਦਾ ਮਿੱਤਰ ਨਹੀਂ ਹੈਗਾ। ਰਾਜਨੀਤਿਕ ਲੋਕ ਕਦੀ ਸਕੇ ਨਹੀਂ। ਜਦੋਂ ਉਹਨਾਂ ਨੂੰ ਲੱਗਦਾ ਹੈ ਵੀ ਸਾਡਾ ਤਖ਼ਤ ਬਚ ਸਕਦਾ, ਉਹ ਕਿਸ ਤਰੀਕੇ ਦੇ ਨਾਲ ਬਚਣਾ, ਉਹਦੇ ਵਾਸਤੇ ਭਾਵੇਂ ਇੱਕ ਸਾਰੀ ਕੌਮ ਕਿਉਂ ਨਾ ਮਰਵਾਉਣੀ ਪਵੇ ਉਹਨਾਂ ਨੂੰ। ਕਈ ਲੋਕਾਂ ਦਾ ਘਟਨਾ ਵਾਪਰੀ ਸਾਧਸੰਗਤ ਕਸ਼ਮੀਰ ਦੇ ਵਿੱਚ, ਸਿੰਘਪੁਰਾ, ਚਿੱਠੀ ਸਿੰਘਪੁਰਾ, 21 ਸਿੱਖ ਕਤਲ ਕਰ ਦਿੱਤੇ। ਕਿਉਂ? ਕਿਉਂਕਿ ਅਮੈਰੀਕਾ ਦਾ ਰਾਸ਼ਟਰਪਤੀ ਭਾਰਤ ਦੇ ਵਿੱਚ ਆ ਰਿਹਾ ਸੀ। ਇਹ ਦੱਸਣ ਦੇ ਵਾਸਤੇ 21 ਸਿੱਖ, ਚਿੱਠੀ ਸਿੰਘਪੁਰੇ ਦੇ 21 ਸਿੱਖ ਕਤਲ ਕਰ ਦਿੱਤੇ ਗਏ। ਕਿਉਂ? ਕਿਉਂਕਿ ਅਮੈਰੀਕਾ ਦੇ ਰਾਸ਼ਟਰਪਤੀ ਨੂੰ ਇਹ ਦੱਸਿਆ ਜਾਵੇ ਵੀ ਇਹ ਘਟਨਾ ਪਾਕਿਸਤਾਨ ਦੇ ਵੱਲੋਂ ਅੱਤਵਾਦੀ ਘਟਨਾ ਵਾਪਰੀ ਆ। ਇੱਥੇ ਕੋਈ ਕਿਸੇ ਦਾ ਸਕਾ ਨਹੀਂ ਹੈਗਾ। ਜੇ 10, 50, 100, 1000 ਲੋਕਾਂ ਨੂੰ ਕਤਲ ਕਰਨਾ ਪਵੇ ਤੇ ਰਾਜਨੀਤਿਕ ਲੋਕ ਗਰੇਜ ਨਹੀਂ ਕਰਦੇ। ਇੱਕ ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ, ਹਕੂਮਤ ਦੇ ਵੱਲੋਂ ਸਬਕ ਸਿਖਾਉਣ ਵਾਸਤੇ, ਇਹ ਨਵੰਬਰ 84 ਦੇ ਵਿੱਚ ਵੀ ਜਿਹੜਾ ਵਾਪਰਦਾ ਨਾ, ਉਹ ਵੀ ਸਿੱਖਾਂ ਇੰਨੀ ਛੇਤੀ, ਇੰਨੀ ਜਲਦੀ, ਇੰਨੇ ਵੱਡੇ ਪੱਧਰ ਦੇ ਉੱਤੇ ਤੇਲ ਸਾੜ ਫੂਕ ਹੋਈ, ਉਹ ਤਿਆਰੀ ਇੱਕ ਪਹਿਲਾਂ ਚੱਲਦੀ ਪਈ ਸੀ, ਉਹ ਤਿਆਰੀ ਕੁਝ ਪਹਿਲਾਂ ਚੱਲਦੀ। ਇਹ ਹੁਣ ਤਿਆਰੀ 2 ਜੂਨ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਪੁਰਬ, 1 ਜੂਨ ਨੂੰ ਹਕੂਮਤ ਦੇ ਵੱਲੋਂ ਆਰਡਰ ਹੁੰਦੇ ਆ, ਗੋਲੀ ਚਲਾਈ ਜਾਂਦੀ ਆ, 32 ਗੋਲੀਆਂ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਦੇ ਮੁਤਾਬਕ 32 ਗੋਲੀਆਂ ਉਸ ਦਿਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਇਮਾਰਤ ਨੂੰ ਲੱਗਦੀਆਂ। ਮੈਂ ਜਿਹੜੀ ਕੱਲ੍ਹ ਵੀ ਬੇਨਤੀ ਕੀਤੀ, ਜਿਹੜਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਾਰੀ ਮਨੁੱਖਤਾ ਦਾ ਕੇਂਦਰ ਆ, ਸ਼ਾਂਤੀ ਦਾ ਪ੍ਰਤੀਕ ਆ, ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ 'ਚ ਲੈਣ ਵਾਲਾ, ਜਿੱਥੇ ਦਿਨ ਦੇ ਵਿੱਚ ਜਿੰਨੀ ਵਾਰ ਵੀ ਅਰਦਾਸ ਹੁੰਦੀ ਆ, ਸਿੱਖ ਇਹੀ ਪੜ੍ਹਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਕਿਸੇ ਸਿੱਖ ਦਾ ਭਲਾ, ਇਕੱਲਾ ਇਹ ਤਾਂ ਨਹੀਂ ਕਿਹਾ ਜਾਂਦਾ ਵੀ ਮਹਾਰਾਜ ਸਿੱਖਾਂ ਦਾ ਹੀ ਭਲਾ ਕਰੀ, ਬਾਕੀ ਸਾਰਿਆਂ ਨੂੰ ਖਤਮ ਕਰ ਦੇ। ਸਿੱਖ ਸਾਰਿਆਂ ਨੂੰ ਕਲਾਵੇ 'ਚ, ਸਾਰੇ ਵਿਸ਼ਵ ਨੂੰ ਕਲਾਵੇ 'ਚ ਲੈਂਦਾ, ਸਾਰਿਆਂ ਦਾ ਭਲਾ ਕਰੀ। 2 ਜੂਨ ਨੂੰ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਹੁੰਚਦੀਆਂ। ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਇਆ ਜਾਂਦਾ, ਵੱਖ ਵੱਖ ਥਾਵਾਂ 'ਤੇ ਛਬੀਲਾਂ ਵੀ ਲੱਗਦੀਆਂ। 2 ਜੂਨ ਸ਼ਾਮ ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਹ ਰੇਡੀਓ ਦੇ ਉੱਤੇ ਸੁਨੇਹਾ ਦਿੰਦੀ ਹੈ, ਇੱਕ ਉਹ ਸਾਰੇ ਭਾਰਤ ਨੂੰ ਇੱਕ ਸੰਬੋਧਨ ਕਰਦਿਆਂ, ਜਿਹਦੇ ਵਿੱਚ ਉਹ ਖਾਸ ਤੌਰ 'ਤੇ ਪੰਜਾਬ ਨੂੰ ਸੰਬੋਧਨ ਹੁੰਦੀ ਆ, ਅਤੇ ਉਹਦੇ ਵਿੱਚ ਉਹ ਇਹ ਗੱਲ ਦੱਸਣਾ ਚਾਹੁੰਦੀ ਆ ਵੀ ਮੈਂ ਪੰਜਾਬ ਦੇ ਮਸਲੇ ਹੱਲ ਕਰਨਾ ਚਾਹੁੰਦੀ ਹਾਂ, ਪਰ ਸਿੱਖ ਜਿਹੜੇ ਆ ਉਹ ਹੰਗਾਰਾ ਨਹੀਂ ਭਰ ਰਹੇ। ਕੁਝ ਸਮੇਂ ਬਾਅਦ ਹੀ ਜਿਹੜਾ ਪੰਜਾਬ ਦਾ ਗਵਰਨਰ ਆ ਉਹ ਰੇਡੀਓ ਦਿੱਤੇ ਸੰਬੋਧਨ ਹੁੰਦਾ, ਉਹਦੇ ਸੰਬੋਧਨ ਹੋਣ ਤੋਂ ਬਾਅਦ ਇੱਕ ਚਿੱਠੀ ਉਹ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਲਿਖਦਾ, ਜਿਹਦੇ ਵਿੱਚ ਉਹ ਕਹਿੰਦਾ ਵੀ ਜਿਹੜਾ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ। ਉਹ ਚਿੱਠੀ ਤੋਂ ਤੁਰੰਤ ਬਾਅਦ ਪੰਜਾਬ ਦੀ ਧਰਤੀ ਦੇ ਉੱਤੇ ਰਾਸ਼ਟਰਪਤੀ ਰਾਜ ਲੱਗਦਾ।
ਕੜਫੂ ਲਾ ਦਿੱਤਾ ਜਾਂਦਾ। ਜਿਹੜੀ ਸੰਗਤ ਉਸ ਦਿਨ ਰਾਤ ਦਰਬਾਰ ਸਾਹਿਬ ਰੁਕਦੀ ਹੈ, ਸਾਰਿਆਂ ਨੂੰ ਬੰਦੀ ਬਣਾਇਆ ਜਾਂਦਾ। ਬੜਾ ਅਣਚਿਤਵਿਆ ਕਹਿਰ, ਜਿਹੜੀ ਹਕੂਮਤ ਇਹ ਕਹਿੰਦੀ ਸੀ ਅਸੀਂ ਕੋਈ ਬੇਅਦਬੀ ਨਹੀਂ ਕਰਨੀ, ਸਿਰਫ ਅਸੀਂ ਸੰਤ ਜਰਨੈਲ ਸਿੰਘ ਨੂੰ ਪਕੜਨਾ। ਮੈਂ ਕੱਲ੍ਹ ਵੀ ਬੇਨਤੀ ਕੀਤੀ, 62 ਗੁਰੂ ਘਰ ਉਸ ਦਿਨ 1 ਜੂਨ ਤੋਂ ਲੈ ਕੇ 6 ਜੂਨ ਤੱਕ 62 ਗੁਰੂ ਘਰਾਂ ਦੇ ਉੱਪਰ ਹਮਲੇ ਕੀਤੇ ਗਏ, ਇਕੱਲਾ ਦਰਬਾਰ ਸਾਹਿਬ 'ਤੇ ਹਮਲਾ ਨਹੀਂ ਹੋਇਆ, 62 ਗੁਰੂ ਘਰ। ਇੱਥੋਂ ਤੱਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਿਹੜਾ ਪਾਵਨ ਪਵਿੱਤਰ ਸਰੂਪ ਪ੍ਰਕਾਸ਼ ਸੀ, ਉਸ ਪਾਵਨ ਪਵਿੱਤਰ ਸਰੂਪ ਦੇ ਅੰਦਰ ਵੀ ਗੋਲੀ ਮਾਰੀ ਗਈ। ਅੱਜ ਵੀ ਆਪਾਂ ਜਦੋਂ ਦਰਬਾਰ ਸਾਹਿਬ ਜਾਓਗੇ ਨਾ, ਆ ਦਿਨਾਂ 'ਚ ਦਰਬਾਰ ਸਾਹਿਬ ਜਾਓ ਅਤੇ ਅਕਾਲ ਤਖ਼ਤ ਸਾਹਿਬ ਜੀ ਦੇ ਪਿਛਲੇ ਪਾਸੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਪਾਵਨ ਪਵਿੱਤਰ ਸਥਾਨ ਆ, ਜਿਹੜੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਬਹਾਲ ਕਰਦਿਆਂ ਹੋਇਆਂ ਬਹਾਲ ਰੱਖਣ ਵਾਸਤੇ ਸ਼ਹਾਦਤ ਦਾ ਜਾਮ ਪੀਤਾ, ਉਹਨਾਂ ਦਾ ਗੁਰੂ ਘਰ ਬਣਿਆ ਬਾਬਾ ਗੁਰਬਖਸ਼ ਸਿੰਘ ਜੀ ਪਿਛਲੇ ਪਾਸੇ ਅਕਾਲ ਤਖ਼ਤ ਸਾਹਿਬ, ਉੱਥੇ ਉਹ ਸਰੂਪ ਪ੍ਰਕਾਸ਼ ਕੀਤਾ ਅਤੇ ਅੱਜ ਵੀ ਉਸ ਸਰੂਪ ਦੇ ਦੀਦਾਰ ਕਰਾਏ ਜਾਂਦੇ ਆ। ਉਹ ਗੋਲੀ ਵੀ, ਉਹ ਸਰੂਪ ਉਸੇ ਤਰ੍ਹਾਂ ਜ਼ਖਮੀ ਆ। ਹਕੂਮਤ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ। ਫਿਰ 4 ਜੂਨ ਨੂੰ ਸਵੇਰੇ ਅੰਮ੍ਰਿਤ ਵੇਲੇ ਜਿਹੜੇ ਗੋਲੇ ਦਾਗੇ ਜਾਂਦੇ ਆ, 6 ਜੂਨ ਤੱਕ ਅਕਾਲ ਤਖ਼ਤ ਸਾਹਿਬ ਦੇ ਉੱਪਰ ਟੈਂਕਾਂ ਦੇ ਨਾਲ, ਤੋਪਾਂ ਦੇ ਨਾਲ, ਅਤੇ ਕੁਲਦੀਪ ਬਰਾੜ ਇੱਥੋਂ ਤੱਕ ਕਹਿੰਦਾ ਜਿੰਨੀ ਫੌਜ ਮਰ ਗਈ, ਇੱਕ ਵਾਰੀ ਮੇਰਾ ਦਿਲ ਕੀਤਾ ਵੀ ਅੰਮ੍ਰਿਤਸਰ ਸ਼ਹਿਰ ਦੇ ਉੱਪਰ ਜਿਹੜਾ ਪਰਮਾਣੂ ਬੰਬ ਸੁੱਟ ਦੇਵਾਂ। ਇੰਨੀ ਵੱਡੀ ਗਿਣਤੀ ਦੇ ਵਿੱਚ, 71 ਦੇ ਵਿੱਚ ਸਾਡੇ ਫੌਜ ਸਿਪਾਹੀ ਨਹੀਂ ਮਰੇ ਜਿੰਨੇ ਇੱਥੇ, ਜਿੱਥੇ ਜਿੰਨੇ ਇੱਥੇ ਸ਼ਹੀਦ ਹੋਏ, ਅਤੇ ਜਿੰਨ ਮੇਰਾ ਦਿਲ ਕੀਤਾ ਵੀ ਇੱਕ ਵਾਰ ਪਰਮਾਣੂ ਬੰਬ ਸੁੱਟ ਕੇ ਅਤੇ ਸਾਰਿਆਂ ਨੂੰ ਖਤਮ ਕਰ ਦੇਵਾਂ। ਇਹ ਅਣਚਿਤਵਿਆ ਕਹਿਰ ਜਿਹਦੇ ਵਿੱਚ ਹਕੂਮਤ ਦੇ ਵੱਲੋਂ 18 ਮਹੀਨਿਆਂ ਦਾ ਬੱਚਾ ਵੀ ਨਹੀਂ ਬਖਸ਼ਿਆ ਗਿਆ, ਉਹਨੂੰ ਵੀ ਅੱਗ ਦੇ ਵਿੱਚ ਸੁੱਟਿਆ ਗਿਆ। ਜਿਹੜਾ ਨਾਨਕ ਨਿਵਾਸ ਆ ਉੱਥੇ ਬਿਸਤਰੇ ਇਕੱਠੇ ਕੀਤੇ ਗਏ ਅਤੇ ਬਿਸਤਰੇ ਇਕੱਠੇ ਕਰਕੇ ਅੱਗ ਲਾਈ ਗਈ, ਉਹਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਜਿਉਂਦਿਆਂ ਸੁੱਟ ਦਿੱਤਾ ਜੀ। ਅਤੇ ਕਦੀ ਪੜ੍ਹਿਓ, ਕਦੀ ਪੁਸਤਕ ਪੜ੍ਹਿਓ, ਅੱਤਵਾਦੀ ਕੌਣ, ਸਿੱਖ ਜਾਂ ਹਕੂਮਤ? ਉਹਦੇ ਵਿੱਚ ਜ਼ਿਕਰ ਕੀਤਾ ਗਿਆ ਯੂਪੀ ਦੇ ਇੱਕ ਪਰਿਵਾਰ ਦਾ, ਯੂਪੀ ਦੇ ਉੱਤੇ ਪੁਲਿਸ ਕਾਰਵਾਈ ਕਰਦੀ ਆ ਜੀ, ਉਸ ਪਰਿਵਾਰ ਨੂੰ ਸਾਰਿਆਂ ਜੀਆਂ ਨੂੰ ਖਤਮ ਕੀਤਾ ਜਾਂਦਾ। ਇੱਕ 6 ਮਹੀਨੇ ਦਾ ਬੱਚਾ ਸੀ ਉਹਨਾਂ ਦਾ, ਉਹ ਸਿਰਫ ਇਕੱਲਾ ਇੱਕ 6 ਮਹੀਨੇ ਦਾ ਬੱਚਾ ਬਚਿਆ। ਜਦੋਂ ਵਾਪਸ ਆਉਣ ਲੱਗੇ ਨਾ, ਕਿਉਂਕਿ ਇੱਕ ਸਰਕਾਰ ਦੀ ਸ਼ਹਿ ਹੋਵੇ ਅਤੇ ਜਦੋਂ ਮੈਡਲ ਮਿਲਦੇ ਹੋਣ ਅਤੇ ਬੜਿਆਂ ਨੇ, ਹੁਣ ਆਪਾਂ ਵੀਡੀਓ ਵੇਖਦੇ ਹਾਂ ਨਾ, ਕਿੰਨੇ ਪੁਲਿਸ ਵਾਲਿਆਂ ਨੇ ਆਪਣੇ ਗੁਨਾਹ ਕਬੂਲ ਕੀਤੇ ਵੀ ਮੈਂ ਕਿੰਨਿਆਂ ਨੂੰ ਮਾਰਿਆ, ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਚੁੱਕ ਕੇ ਅੱਤਵਾਦੀ ਬਣਾ ਦਿੱਤਾ ਗਿਆ। ਉਹ ਇੱਕ 6 ਮਹੀਨੇ ਦਾ ਬੱਚਾ ਸਾਹ ਸੰਗਤ ਬੱਚੇ ਨੂੰ ਚੁੱਕਿਆ, ਜਦੋਂ ਸਾਰਾ ਪਰਿਵਾਰ ਮਰ ਗਿਆ ਅਤੇ ਉਹਨੂੰ ਬੱਚਾ ਰੋਂਦਾ, ਕੰਨਾਂ 'ਚ ਆਵਾਜ਼ ਪਈ, ਚੁੱਕ ਲਿਆਏ ਬੱਚੇ ਨੂੰ। ਪਤਾ ਕੀ ਕੀਤਾ, ਉਸ 6 ਮਹੀਨੇ ਦੇ ਬੱਚੇ ਨੂੰ ਕੂਕਰ 'ਚ ਬੰਦ ਕੀਤਾ, ਕੂਕਰ 'ਚ ਬੰਦ ਕਰਕੇ ਅਤੇ ਕੂਕਰ ਨੂੰ ਸੀਟੀ ਮਰਵਾ ਦਿੱਤੀ। ਇਹ ਕਹਿ ਰਹਾ ਅਣਚਿਤਵਿਆ ਕਹਿ ਰਹਾ ਏ, ਇਹ ਸਿੱਖਾਂ ਦੀ ਇੱਕ ਨਸ਼ਲ ਕੁਰਸੀ ਸੀ ਇਹ ਸਿੱਖ। ਮੈਂ ਇਹ ਕਹਿ ਕੇ ਸਮਾਪਤੀ ਕਰਾਂ, ਸਤਸੰਗਤ ਕੋਈ ਵੱਖਰੀਆਂ ਮੰਗਾਂ ਨਹੀਂ ਸੀ। ਇਹ ਆ ਪਲੱਸ ਟੂ ਕੀਤੇ, ਜਿਹੜੇ ਪਲੱਸ ਟੂ ਕਰ ਜਾਂਦੇ ਆ ਬੱਚੇ ਬੇਰੁਜ਼ਗਾਰ ਆ, ਸਰਕਾਰ ਉਹਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਵੇ। ਜਿਹੜੇ ਨਹਿਰੀ ਦਰਿਆਈ ਪਾਣੀ ਆ, ਰਿਪੇਰੀਅਨ ਕਾਨੂੰਨ ਦੇ ਮੁਤਾਬਕ ਉਹਦਾ ਹੱਕ ਪੰਜਾਬ ਦਾ ਬਣਦਾ, ਕਿਉਂਕਿ ਜਦੋਂ ਹੜ੍ਹ ਆਉਂਦੇ ਆ ਅਤੇ ਹੜ੍ਹਾਂ ਦੀ ਮਾਰ ਕਿਹਨੂੰ ਝੱਲਣੀ ਪੈਂਦੀ ਆ,
ਹਿਮਾਚਲ ਨੂੰ ਨਹੀਂ ਚੱਲਣੀ ਪੈਂਦੀ। ਅੱਜ ਹਿਮਾਚਲ ਕਵੇ, ਆਪਾਂ ਕਈ ਵਾਰੀ ਸਾਡੇ ਲੀਡਰ ਹੀ ਕਈ ਕਹਿ ਦਿੰਦੇ ਆ ਜੀ ਇਹ ਹਿਮਾਚਲ ਦਾ ਵੀ ਹੱਕ ਬਣਦਾ ਜੀ ਆਪਾਂ ਰਾਜਸਥਾਨ ਕੋਲ ਪਾਣੀ ਦਾ ਮੁੱਲ ਮੰਗੀਏ ਤੇ ਹਿਮਾਚਲ ਨਹੀਂ ਰੋਕ ਸਕਦਾ ਪਾਣੀ। ਜੇ ਰੋਕੇ ਜਦੋਂ ਹੜ੍ਹ ਆਉਂਦੇ ਫਿਰ ਵੀ ਰੋਕਣਾ ਪੈਣਾ ਉਹਨੂੰ, ਕਿਉਂਕਿ ਹਿਮਾਚਲ ਹੜ੍ਹਾਂ ਦੀ ਮਾਰ ਨਹੀਂ ਚੱਲਦਾ। ਹੜ੍ਹਾਂ ਦੀ ਮਾਰ ਕਿਹਨੂੰ ਚੱਲਣੀ ਪੈਂਦੀ ਆ? ਪੰਜਾਬ ਨੂੰ। ਤੇ ਰਿਪੇਰੀਅਨ ਕਾਨੂੰਨ ਦੇ ਮੁਤਾਬਕ ਦਰਿਆਈ ਪਾਣੀ ਤੇ ਹੱਕ ਕਿਹਦਾ ਜੀ? ਪੰਜਾਬ ਦਾ, ਕਿਉਂਕਿ ਹੜ੍ਹਾਂ ਦੀ ਮਾਰ ਚੱਲਦਾ, ਇਹ ਪਾਣੀ ਵੇਚ ਸਕਦਾ। ਹਿਮਾਚਲ ਰਿਪੇਰੀਅਨ ਕਾਨੂੰਨ ਦੇ ਮੁਤਾਬਕ ਪਾਣੀ ਵਰਤ ਸਕਦਾ, ਉਹਨੂੰ ਰੋਕ ਨਹੀਂ ਸਕਦਾ। ਪਰ ਪੰਜਾਬ ਇਸ ਪਾਣੀ ਨੂੰ ਰੋਕ ਵੀ ਸਕਦਾ, ਵਰਤ ਵੀ ਸਕਦਾ ਤੇ ਵੇਚ ਵੀ ਸਕਦਾ। ਇਹ ਮੰਗ ਰੱਖੀ ਗਈ ਆਨੰਦਪੁਰ ਦੇ ਮਤੇ ਦੇ ਵਿੱਚ, ਜਿੱਥੋਂ ਧਰਮ ਯੁੱਧ ਮੋਰਚਾ ਸ਼ੁਰੂ ਹੁੰਦਾ, ਕਿ ਜਿਹੜੇ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਤੇ ਜਿਹੜਾ ਸਾਰਿਆਂ ਨੂੰ ਇੱਕ ਬਰਾਬਰਤਾ ਦਾ ਅਧਿਕਾਰ ਦਿੱਤਾ ਜਾਵੇ, ਇਹ ਮੰਗਾਂ ਲੈ ਕੇ ਇਹ ਤੀਸਰਾ ਘੱਲੂਘਾਰਾ ਸ਼ੁਰੂ ਹੋਇਆ। ਆਪਾਂ ਇੱਕ ਅਰਦਾਸ ਕਰੀਏ, ਮਹਾਰਾਜ ਕਦੀ ਇਹ ਕੌਮ ਦੇ ਉੱਪਰ ਇਹ ਦਿਨ ਨਾ ਆਉਣ, ਅਤੇ ਆਪਾਂ ਇੱਕ ਅਰਦਾਸ ਕਰੀਏ ਕਦੀ ਉਹਨਾਂ ਆਪਾਂ ਸ਼ਹੀਦਾਂ ਨੂੰ ਕਦੀ ਨਾ ਭੁੱਲੀਏ, ਕਦੀ ਉਹਨਾਂ ਸ਼ਹੀਦਾਂ ਨੂੰ ਵਸਾਰੀਏ ਨਾ। ਪਤਾ ਨਹੀਂ ਕਿੰਨੇ ਕੁ ਛੋਟੇ ਦੁੱਧ ਚੁੰਘਦੇ ਬੱਚਿਆਂ, ਕਿੰਨੀਆਂ ਕੁ ਮਾਵਾਂ ਨੇ ਜਿਹੜੇ, ਕੁਝ ਤਾਂ ਹਥਿਆਰਬੰਦ ਸਿੱਖ ਅੰਦਰ ਸਨ, ਪਰ ਜਿਹੜੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਣ ਗਏ ਨਾ, ਉਹਨਾਂ ਦੇ ਵੀ ਵੱਟ ਮਾਰੇ ਗਏ, ਵੱਟ ਮਾਰ ਮਾਰ ਕੇ ਉਹਨਾਂ ਦੀਆਂ ਕਈਆਂ ਦੀਆਂ ਹੱਡੀਆਂ ਤੋੜ ਦਿੱਤੀਆਂ ਗਈਆਂ। ਬੜਾ ਹਕੂਮਤ ਨੇ ਫਿਰ ਬੂਟਾਂ ਸਮੇਤ, ਜਿਹੜੀ ਹਕੂਮਤ ਦੇ ਜਿਹੜੇ ਫੌਜ ਆ ਉਹ ਦਰਬਾਰ ਸਾਹਿਬ ਜਾਂਦੀ ਆ, ਗਦਵੀ ਕੀਤੀ ਜਾਂਦੀ ਆ, ਉੱਥੇ ਤੰਬਾਕੂ ਵਰਤਿਆ ਜਾਂਦਾ। ਇਹ ਸਾਰਾ ਕੁਝ 1 ਜੂਨ ਤੋਂ ਲੈ ਕੇ 6 ਜੂਨ ਤੱਕ 1984 'ਚ ਦਰਬਾਰ ਸਾਹਿਬ ਵਾਪਰਦਾ। ਆਪਾਂ ਉਹਨਾਂ ਸਮੂਹ ਸ਼ਹੀਦਾਂ ਨੂੰ ਯਾਦ ਕਰੀਏ, ਜਿਹੜੇ ਸ਼ਬਦ ਪੜ੍ਹਦੇ ਹੋਏ ਸ਼ਹੀਦ ਹੋਏ। ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੈ ਹੇਤ, ਜੋ ਲੜੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ, ਪੁਰਜਾ ਪੁਰਜਾ ਕਟ ਮਰੈ, ਕਬੂ ਨਾ ਛਾਡੈ ਖੇਤ, ਕਬੂ ਨਾ ਛਾਡੈ ਖੇਤ, ਅਰਜਨ ਦੇਵ ਪਾਤਸ਼ਾਹ ਮਹਾਰਾਜ ਕਿਰਪਾ ਕਰੇ। ਜਿਹੜੇ ਸ਼ਬਦ ਆਪਾਂ ਆਰੰਭ ਕੀਤਾ ਉਹਦਾ ਗੁਰੂ ਦਾ ਉਪਦੇਸ਼ ਇਹ ਸੀ, ਮਾਣਨਾ ਕੀਤਾ ਸ਼ਰਨ ਪ੍ਰੀਤਿਆ ਕਰੈ ਸੋ ਭਲਾ ਮਨਾਈਏ। ਆਓ ਆਪਾਂ ਗੁਰੂ ਦੀ ਸ਼ਰਨ 'ਚ ਆਈਏ ਅਤੇ ਆਪਾਂ ਉਹਨਾਂ ਗੁਰਸਿੱਖਾਂ ਦੀ ਧੂੜ ਮੰਗੀਏ, ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਮੰਗਦੇ, ਗੁਰਸਿੱਖਾਂ ਕੀ ਹਰ ਧੂੜ ਦੀ, ਹਮ ਪਾਪੀ ਭੀ ਗਤ ਪਾਹੇ। ਆਓ ਸ਼ਬਦ ਪੜ੍ਹ ਕੇ ਆਪਾਂ ਸਮਾਪਤੀ, ਸਮਾਂ ਹੋ ਗਿਆ। ਅਗਲਾ ਜਿਹੜਾ ਸਮਾਂ ਉਹ ਫਿਰ ਜੋ ਆਪ ਜੀ ਨੇ ਸ਼ਬਦ ਪੜ੍ਹਨਾ, ਇੱਕ ਛੋਟਾ ਜਿਹਾ ਸ਼ਬਦ, ਕਿਉਂਕਿ ਆਪਾਂ ਸ਼ਰਨ 'ਚ ਆਈਏ, ਆਪਾਂ ਸਾਰੀ ਅਰਦਾਸ ਕਰਦੇ। ਅੰਤਰਜਾਮੀ ਪੁਰਖ ਵਿਧਾਤੇ, ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੈ, ਸ਼ਰਧਾ ਮਨ ਕੀ ਪੂਰੈ, ਸ਼ਰਧਾ ਮਨ ਕੀ ਪੂਰੈ, ਨਾਨਕ ਦਾਸ ਇਹ ਸੁਖ ਮੰਗੈ, ਨਾਨਕ ਦਾਸ ਇਹ ਸੁਖ ਮੰਗੈ, ਨਾਨਕ ਦਾਸ ਇਹ ਸੁਖ
ਮੁਖ ਕਰ ਸੰਤਨ ਕੀ ਧੂਰ, ਮੁਖ ਕਰ ਸੰਤਨ ਕੀ ਧੂਰ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਿਰਪਾ ਕਰੇ, ਸਾਨੂੰ ਸਾਰਿਆਂ ਨੂੰ ਆਪਣੀ ਸੰਗਤ ਬਖਸ਼ਿਸ਼ ਕਰੇ। ਆਪਾਂ ਸੰਗਤ 'ਚ ਆਈਏ, ਆਣ ਕੇ ਬਾਣੀ ਪੜ੍ਹੀ, ਬੜੀ ਖੁਸ਼ੀ ਹੋਈ ਆ। ਛੋਟਾ ਜਿਹਾ ਬੱਚਾ ਜਦੋਂ ਸਤਿਗੁਰੂ ਸਾਹਿਬ ਦਾ ਗੁਟਕਾ ਸਾਹਿਬ ਲੈ ਕੇ ਪਾਠ ਕਰਦਾ, ਇਹਦੇ ਮਾਪੇ ਧੰਤਾ ਦੇ ਯੋਗ ਆ, ਵਧਿਆਈ। ਬੜੀ ਕਿਰਪਾ ਮਹਾਰਾਜ ਇਸ ਬੱਚੇ ਨੂੰ ਚੜ੍ਹਦੀ ਕਲਾ। ਆਪਾਂ ਹੋਰ ਵੀ ਆਪਣੇ ਬੱਚਿਆਂ ਸਮੇਤ ਜ਼ਰੂਰ ਆਇਆ ਕਰੀਏ, ਬੱਚਿਆਂ ਨੂੰ ਲੈ ਕੇ ਆਏ ਕਰੀਏ। ਕਿਉਂਕਿ ਆਪਾਂ ਕਈ ਵਾਰੀ ਕਹਿੰਦੇ ਬੱਚੇ ਗੁਰੂ ਘਰ ਬੈਠਦੇ ਨਹੀਂ ਆ, ਕੋਈ ਗੱਲ ਨਹੀਂ, ਬੱਚੇ ਨਹੀਂ ਨਾ ਬਹਿੰਦੇ, ਅੱਜ ਨਹੀਂ ਬਹਿਣਗੇ। ਮੈਂ ਕਹਿੰਦਾ ਨਾ, ਸ਼ਰਾਰਤਾਂ ਬੱਚੇ ਹੀ ਕਰਦੇ ਆ, ਵੱਡੇ ਬੱਚੇ, ਵੱਡਾ ਕੋਈ ਕਰਦਾ ਹੋਵੇ ਨਾ ਸ਼ਰਾਰਤ, ਆਪਾਂ ਕਹਿੰਦੇ ਤੂੰ ਨਿਆਣਾ ਸ਼ਰਾਰਤਾਂ ਕਰਦਾ। ਆਪਾਂ ਇਸ ਕਰਕੇ ਬੱਚੇ ਨੂੰ ਘਰ ਨਾ ਛੱਡ ਕੇ ਵੀ ਬਹਿੰਦਾ ਨਹੀਂ, ਕੋਈ ਗੱਲ ਨਹੀਂ, ਅੱਜ ਨਹੀਂ ਬਹਿੰਦਾ, ਕੱਲ ਨੂੰ ਬਹੂਗਾ, ਕੱਲ ਨਹੀਂ ਪਰਸੋਂ ਬਹੂਗਾ, ਬਹੂਗਾ ਜ਼ਰੂਰ। ਸ਼ਰਾਰਤਾਂ ਬੱਚੇ ਨੇ ਕਰਨੀਆਂ, ਵੱਡੇ ਨਹੀਂ ਸ਼ਰਾਰਤਾਂ ਕਰਦੇ ਹੁੰਦੇ। ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਇਆ ਕਰੋ, ਤਾਂ ਕਿ ਇਹਨਾਂ ਨੂੰ ਸੰਗਤ 'ਚ ਬਹਿਣਾ ਵੀ ਆਵੇ ਅਤੇ ਬਾਣੀ ਪੜ੍ਹਨਾ ਵੀ। ਸਾਰੇ ਇੱਦਾਂ ਦਾ ਪਰਿਵਾਰ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਬੱਚੇ ਨੂੰ ਬਾਣੀ ਪੜ੍ਹਨੀ ਸਿਖਾਈ ਆ। ਸਾਰਿਆਂ ਦੇ ਬੱਚਿਆਂ ਦੇ ਉੱਪਰ ਗੁਰੂ ਮਹਾਰਾਜ ਕਿਰਪਾ ਕਰੇ, ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।